ਤੁਸੀਂ ਦੇਖ ਰਹੇ ਹੋ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ ਅੱਜ ਗੱਲ ਫਿਰ ਹੋਵੇਗੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਅੱਜ ਤੇ ਨਹੀਂ ਹੋ ਰਹੀ ਰਾਜਨੀਤੀ ਹੋਰ ਪੱਕੇਗੀ ਕਿਉਂਕਿ ਇਜਲਾਸ ਦੇ ਵਿੱਚ ਰਿਪੋਰਟ ਰੱਖੀ ਜਾਣੀ ਹੈ ਉਸ ਤੋਂ ਪਹਿਲਾਂ ਪਰ ਸਵਾਲ ਇੱਕ ਜਿਹੜਾ ਅਸੀਂ ਪੁੱਛ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਰਿਪੋਰਟ ਲੀਕ ਹੋਈ ਹੈ ਗਵਾਹ ਮੁਕਰ ਕਨੈਕਸ਼ਨ ਹੈ ਗੁਰਮੁਖ ਸਿੰਘ ਹੈ ਉਹਦੇ ਇੱਕ ਇੰਟਰਵਿਊ ਦਿੱਤੀ ਸੀ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਵੀ ਮਿਨਿਸਟਰ ਨਹੀਂ ਸੀ ਪਰ ਮੇਰੇ ਖਿਆਲ ਉਸ ਟਾਈਮ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਵੀ ਸੀ ਤੁਹਾਨੂੰ ਪਤਾ ਹੀ ਹੈ ਜਿਸ ਵੇਲੇ ਉਹਨੇ ਆਪਣੀ ਸਟੇਟਮੈਂਟ ਦਿੱਤੀ ਆ ਸਾਡੇ ਤੇ ਇਹ ਕਹਿੰਦੇ ਲੈ ਕੇ ਜੋ ਮੁੱਕਰ ਗਿਆ ਉਹ ਮਰ ਗਿਆ ਅਤੇ ਗਿਆਨੀ ਗੁਰਮੁਖ ਸਿੰਘ ਮੁੱਕਰ ਕੇ ਮਰ ਵੀ ਗਿਆ ਔਰ ਉਹਦੇ ਨਾਲ ਜ਼ਮੀਨ ਵੀ ਮਰ ਗਈ ਜਿਹੜਾ ਹੈੱਡ ਗ੍ਰੰਥੀ ਉੱਥੇ ਬਣਿਆ ਉਹਨੂੰ ਪੁੱਛੋ ਕਿ ਬਾਬਾ ਜੀ ਪ੍ਰਕਾਸ਼ ਸਿੰਘ ਬਾਦਲ ਦੇ ਚਰਨਾਂ 'ਚ ਬੈਠ ਕੇ ਗੱਲ 'ਚ ਫੱਟੀ ਪਾਓ ਅਤੇ ਪ੍ਰਕਾਸ਼ ਸਿੰਘ ਕੋਲੋਂ ਮਾਫ਼ੀ ਮੰਗੋ ਮੈਂ ਪਾਪੀ ਅਤੇ ਬਾਦਲ ਤੂੰ ਬਖਸ਼ਣਹਾਰ ਇਹ ਜਾ ਕੇ ਉਹਨਾਂ ਅਤੇ ਸੱਚਾਈ ਤੁਹਾਡੇ ਸਾਹਮਣੇ ਆਈ ਆ ਕਿਵੇਂ ਪੰਜਾਬ ਸਰਕਾਰ ਦੇ ਮੰਤਰੀ ਸੁੱਖੀ ਰੰਧਾਵਾ ਨੇ ਉਹਨੂੰ ਬਿਆਨ ਤਿਆਰ ਕਰਕੇ ਦਿੱਤੇ ਉਹਨਾਂ ਨਾਲ ਕਈ ਵਾਰੀ ਮੁਲਾਕਾਤਾਂ ਕੀਤੀਆਂ ਤੇ ਫਿਰ ਬਿਆਨ ਤਿਆਰ ਕਰਵਾ ਕੇ ਆਪਣੇ ਗੱਡੀ ਆਪਣੇ ਬੰਦਿਆਂ ਦੇ ਨਾਲ ਉਹਨਾਂ ਨੂੰ ਜਸਟਿਸ ਰਣਜੀਤ ਸਿੰਘ ਕਾਹਦਾ ਇਨਜਸਟਿਸ ਰਣਜੀਤ ਕਮਿਸ਼ਨ ਕੋਲ ਭੇਜਿਆ ਜਿੱਥੇ ਰਣਜੀਤ ਕਮਿਸ਼ਨ ਕੋਲ ਜਦੋਂ ਹਾਜ਼ਰ ਹੋਏ ਉਹਨਾਂ ਕੋਲ ਅੰਗਰੇਜ਼ੀ ਚ ਸਾਈਨ ਕਰਾਏ ਗਏ ਦੋ ਬਿਆਨ ਸਾਈਨ ਕਰਾਏ ਗਏ ਪੰਜਾਬੀ ਐਂਡ ਅੰਗਰੇਜ਼ੀ ਔਰ ਜੋ ਇਹ ਮਾਮਲਾ ਹੈ ਕਿ ਫਲਾਂ ਗਵਾਹ ਮੁਕਰ ਗਿਆ ਹੈ ਇਹ ਵੀ ਇੱਕ ਮੇਰੇ ਕੋ ਤੋ ਇਸਮੇ ਕੋਈ ਜਸਟੀਫਿਕੇਸ਼ਨ ਨਹੀਂ ਲੱਗਤੀ ਕੋਈ ਇਸਮੇ ਕੋਈ ਸਹੀ ਬਾਤ ਨਹੀਂ ਲੱਗਤੀ ਕਿਉਂਕਿ ਔਰ ਇਹ ਅਕਸਰ ਹੀ ਹੋਤਾ ਹੈ ਜਬ ਇਨ ਬੜੇ ਬੜੇ ਰਾਜਨੀਤਿਕ ਲੋਕੋ ਪਰ ਕੇਸ ਚਲਤੇ ਹੈ ਇੱਕ ਪਾਰਟੀ ਆਤੀ ਹੈ ਦੂਸਰੀ ਵੀ ਕੇਸ ਚਲਾਤੀ ਹੈ ਤੋ ਦੋ ਤਿੰਨ ਸਾਲ ਮੇਂ ਵੋ ਸਭੀ ਗਵਾਹ ਮੁਕਰ ਜਾਤੇ ਹੈ ਵੋ ਸਭੀ ਗਵਾਹ ਮੁਕਰ ਜਾਤੇ ਹੈ ਔਰ ਮੈਂ ਤੋ ਇਹ ਕਹਿਤਾ ਹੂੰ ਕਿ ਜੋ ਗਵਾਹ ਮੁਕਰਾ ਹੈ ਜੋ ਵੀ ਉਸਕਾ ਨਾਮ ਹੈ ਤੋ ਉਸਕੇ ਉੱਪਰ ਉਲਟਾ ਮੁਕੱਦਮਾ ਚੱਲਣਾ ਚਾਹੀਏ ਉਸਕੋ ਪਕੜਾ ਉਸਕੇ ਉੱਪਰ ਕੇਸ ਹੋਣਾ ਚਾਹੀਏ ਕਿਉਂਕਿ ਉਸਨੇ ਲਿਖਤੀ ਆਪਣੇ ਆਪ ਇੰਗਲਿਸ਼ ਲੈਂਗੁਏਜ ਮੇਂ ਉਸਨੇ ਵੋ ਲਿਖ ਕੇ ਦਿਆ ਵਹਾਂ ਪੇ ਸਿੰਘ ਕਮਿਸ਼ਨ ਦੇ ਮੂਹਰੇ ਇੱਕ ਗੁਰਸਿੱਖ ਪੇਸ਼ ਹੁੰਦਾ 9 ਮਹੀਨੇ ਪਹਿਲਾਂ ਸ਼ਾਇਦ ਉਹਦਾ ਨਾਂ ਹਿੰਮਤ ਸਿੰਘ ਆ ਅਤੇ ਪਹਿਲਾਂ ਸਾਰੇ ਇਲਜ਼ਾਮ ਲਾਉਂਦਾ ਸੁਖਬੀਰ ਸਿੰਘ ਬਾਦਲ ਦਾ ਨਾਰਕੋ ਟੈਸਟ ਮੰਗਦਾ ਵਾ ਉਹ ਔਰ ਬਹੁਤ ਸਾਰੇ ਤੱਥ ਉਸਨੇ ਪੇਸ਼ ਕੀਤੇ ਕਮਿਸ਼ਨ ਦੇ ਮੂਹਰੇ ਜਿਨ੍ਹਾਂ ਦਾ ਕਿ ਜਲਦ ਮੀਡੀਆ ਦੇ ਸਾਹਮਣੇ ਖੁਲਾਸਾ ਹੋਵੇਗਾ ਅਤੇ 9 ਮਹੀਨਿਆਂ ਬਾਅਦ ਛੋਟੇ ਮੋਟੇ ਲਾਲਚ ਵਿੱਚ ਛੋਟੇ ਮੋਟੇ ਪ੍ਰੈਸ਼ਰ ਵਿੱਚ ਸ਼੍ਰੋਮਣੀ ਕਮੇਟੀ ਦੇ ਕਿਸੇ ਉਹਦੇ ਭਾਈ ਸਾਹਿਬ ਨੂੰ ਕੋਈ ਜੋਬ ਦੇਣ ਦੇ ਵਿੱਚ ਅਤੇ ਇੱਕ ਚੰਗੇ ਭਲੇ ਬੰਦੇ ਝੂਠ ਬੋਲਣ 'ਤੇ ਉੱਤਰ ਆਉਂਦੇ ਨੇ ਸੋ ਇਹ ਵਿਅਕਤੀ ਵਿਅਕਤੀ 'ਤੇ ਨਿਰਭਰ ਹੈਗਾ ਉਹ ਬਿਲਕੁਲ ਝੂਠ ਬੋਲ ਰਿਹਾ ਜੀ ਉਹਦੇ ਮੁਕਰਨ ਦਾ ਸੋ ਫਾਰ ਐਜ਼ ਰਿਪੋਰਟ ਇਜ਼ ਕੰਸਰਨ ਦੇਰ ਇਜ਼ ਨੋ ਇੰਪੈਕਟ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਕੋਰਟ ਦੇ ਵਿੱਚ ਇੱਕ ਜਾ ਕੇ ਬੰਦਾ ਬਿਆਨ ਦਿੰਦਾ ਉਸ ਬਿਆਨ ਦੇ ਉੱਤੇ ਫੈਸਲਾ ਹੋ ਜਾਂਦਾ ਅਤੇ ਉਹ ਜਾ ਕੇ ਬਾਹਰ ਅਦਾਲਤ ਤੋਂ ਬਾਹਰ ਕਹੇ ਕਿ ਜੀ ਮੇਰਾ ਕੋਰਟ 'ਚ ਜਿਹੜਾ ਮੈਂ ਬਿਆਨ ਦਿੱਤਾ ਸੀ ਉਹ ਦਬਾਅ ਦੇ ਵਿੱਚ ਸੀ ਉਹਦੀ ਕੋਈ ਮਹੱਤਤਾ ਨਹੀਂ ਕੋਈ ਵੈਲਿਊ ਨਹੀਂ ਔਰ ਨਾ ਹੀ ਉਹਦੀ ਕੋਈ ਕੋਗਨੀਜੈਂਸ ਲਈ ਜਾ ਸਕਦੀ ਸਿਆਸਤ ਨੇ ਆਪਣੀ ਟਿੱਪਣੀ ਕਰ ਦਿੱਤੀ ਹੈਗੀ ਹੈ ਅਤੇ ਇਸ ਬਹਿਸ ਦੇ ਵਿੱਚ ਜਿਹੜਾ ਪੈਨਲ ਸਾਡਾ ਮੌਜੂਦ ਹੈ ਉਹਨਾਂ ਦਾ ਤਾਰੁਫ ਕਰਾ ਰਹੇ ਹਾਂ ਅਸ਼ੋਕ ਸਿੰਘ ਬਾਗੜੀਆ ਸਾਹਿਬ ਸਿੱਖ ਬੁੱਧੀ ਜੀ ਵੀ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਬਾਗੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸੁਖਬੀਰ ਸਿੰਘ ਬਾਜਵਾ ਸੀਨੀਅਰ ਪੱਤਰਕਾਰ ਨੇ ਬਾਜਵਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਹਰਦੀਪ ਸਿੰਘ ਕਿੰਗਰਾ ਕਾਂਗਰਸ ਤੋਂ ਹੈ ਦਿਲਰਾਜ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਸਤਵੀਰ ਵਾਲੀ ਆਮ ਆਦਮੀ ਪਾਰਟੀ ਤੋਂ ਹੈ ਅਤੇ ਸੱਜਣ ਸਿੰਘ ਬਾਠ ਸੀਨੀਅਰ ਵਕੀਲ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾ ਸਵਾਲ ਹਰਦੀਪ ਸਿੰਘ ਕਿੰਗਰਾ ਰਿਪੋਰਟ ਲੀਕ ਤੁਸੀਂ ਜਾਣ ਬੁੱਝ ਕੇ ਕਰਾਈ ਨਹੀਂ ਇਸ ਤਰ੍ਹਾਂ ਨਹੀਂ ਜਾਣਦਾ ਕਦੇ ਵੀ ਰਿਪੋਰਟ ਕਦੇ ਜਾਣ ਬੁੱਝ ਕੇ ਲੀਕ ਨਹੀਂ ਹੁੰਦੀ ਰਿਪੋਰਟ ਕਈ ਹੱਥਾਂ ਵੀ ਦੀ ਜਾਂਦੀ ਹੈ ਮੈਂ ਮੈਚ ਫਿਕਸਿੰਗ ਦੀ ਰਿਪੋਰਟ ਜਦੋਂ CBI ਨੇ ਸੌਂਪੀ ਸੀਗੀ ਅਸੀਂ ਪਾਰਲੀਮੈਂਟ 'ਚ ਰੱਖਣੀ ਸੀ ਉਦੋਂ ਮਾਈਵਾਲ ਦਾ ਡਾਇਰੈਕਟਰ ਦੀ ਮਿਨਿਸਟਰੀ ਆਫ ਸਪੋਰਟਸ ਮੈਨੂੰ ਪਤਾ ਸੀ ਰਾਤ ਨੂੰ 3 ਵਜੇ ਤੱਕ ਕਿਵੇਂ ਉੱਥੇ ਸੰਭਾਲ ਕੇ ਰੱਖੀ ਕਿਵੇਂ ਉਹਦਾ ਐਕਸ਼ਨ ਲੈਣੇ ਸੀ ਤਾਂ ਉਹ ਦੱਸਣੇ ਵੀ ਸੀ ਉਹ ਕੰਪਨਸੇਸ਼ਨ ਵਾਲਾ ਪਾਰਟ ਸੀਗਾ ਉਹ ਅਸੀਂ ਦੱਸ ਵੀ ਦਿੱਤਾ ਤੇ ਐਕਸ਼ਨ ਵੀ ਲੈ ਲਏ ਕਿਉਂਕਿ ਜਦੋਂ ਵਿਧਾਨ ਸਭਾ 'ਚ ਇਸ ਰਿਪੋਰਟ ਨੇ ਜਾਣਾ ਨਾਲੇ ਰਿਪੋਰਟ ਨੇ ਜਾਣਾ ਨਾਲੇ ਇਹਦੇ ਐਕਸ਼ਨ ਟੇਕਨ ਰਿਪੋਰਟ ਨੇ ਜਾਣਾ ਦੋਨੇ ਜਾਂਦੀਆਂ ਹੁੰਦੀਆਂ ਕਮਿਸ਼ਨ ਦੀਆਂ ਫਿਰ ਉਦੋਂ ਬਾਅਦ ਵੈਲਿਊ ਰਹਿ ਗਈ ਰਿਪੋਰਟ ਦੀ ਵੈਲਿਊ ਰਹਿ ਗਈ ਹੁਣ ਬਿਲਕੁਲ ਹੈ ਵੈਲਿਊ ਇਹਦਾ ਕ੍ਰਿਟੀਕਲ ਐਨਾਲਿਸਿਸ ਕਰਨਗੇ ਲੋਕ ਜਦੋਂ ਉਹਨਾਂ ਦੇ ਹੱਥ 'ਚ ਆਏਗੀ ਠੀਕ ਹੈ ਦਿਲਰਾਜ ਸਿੰਘ ਤੁਸੀਂ ਇਸ ਰਿਪੋਰਟ ਲੀਕ ਹੋਣ ਤੋਂ ਬਾਅਦ ਹਿੰਮਤ ਸਿੰਘ ਵਰਗਾ
ਗਵਾਹ ਹੈ ਜਿਹੜਾ ਉਹ ਮੁਕਰਾ ਦਿੱਤਾ ਤੁਹਾਡੇ ਸਾਹਿਬ ਕੀ ਜਵਾਬ? ਨਹੀਂ ਜੀ, ਬਿਲਕੁਲ ਗਲਤ ਇਲਜ਼ਾਮ ਹੈ। ਹਿੰਮਤ ਸਿੰਘ ਦਾ ਗਵਾਹ ਬਿਲਕੁਲ ਨਹੀਂ ਮੁਕਰਾਇਆ ਗਿਆ, ਉਹਦੇ ਕਿਤੇ ਸਾਈਨ ਹੀ ਨਹੀਂ ਕਰਵਾਏ ਗਏ। ਉਹਨੇ ਖੁਦ ਅੱਜ ਵੀ ਉਹ ਆਪਦੇ ਟੀਵੀ ਦੇ ਉੱਪਰ ਇੰਟਰਵਿਊ ਦਿੰਦਾ ਰਿਹਾ ਕਿ ਮੈਨੂੰ ਉੱਥੇ ਬੁਲਾ ਕੇ ਤੇ ਮੇਰੇ ਸਾਈਨ ਕਰਵਾਏ ਗਏ ਹਨ। ਤੇ ਚਲੋ ਮੈਨੂੰ ਇਹ ਦੱਸੋ, ਇੰਟਰਵਿਊ ਹੁਣ ਵਾਲੀ ਸਹੀ ਹੈ ਜਾਂ ਪਹਿਲਾਂ ਵਾਲੀ ਸਹੀ ਸੀ? ਗੁਰਮੁਖ ਸਿੰਘ ਰਾਤੀ ਜਾਂ ਹਿੰਮਤ ਸਿੰਘ ਪਹਿਲਾਂ ਵਾਲੀ ਸਹੀ ਸੀ ਜਾਂ ਹੁਣ ਵਾਲੀ ਸਹੀ ਹੈ? ਜਿਹੜੀ ਇੰਟਰਵਿਊ ਪਹਿਲਾਂ ਦਿੱਤੀਆਂ ਗਿਆ ਨੇ ਗੁਰਮੁਖ ਸਿੰਘ ਹਰਾਂ ਨੇ, ਹਿੰਮਤ ਸਿੰਘ ਹਰਾਂ ਨੇ, ਗੁਰਮੁਖ ਸਿੰਘ ਦੀ ਇੰਟਰਵਿਊ ਦੇਖੀ ਨੇ? ਦੇਖੀ ਨੇ। ਵਾਹ, ਕਮਾਲ ਹੀ ਕਰਤੀ ਹੈ, ਦੇਖਿਆ ਹੋਣਾ ਚਾਹੀਦਾ ਸੀ। ਠੀਕ ਹੈ, ਸਤਵੀਰ ਵਾਲੀਆ ਤੁਸੀਂ ਕੀ ਕਹਿਣਾ ਚਾਹੋ? ਦੇਖੋ, ਗਿਆਨੀ ਗੁਰਮੁਖ ਸਿੰਘ ਜੀ ਦੀ ਇੰਟਰਵਿਊ ਉਹਨਾਂ ਨੇ ਦੇਖੀ ਨਹੀਂ, ਮੈਂ ਇਹਨੂੰ ਦੱਸ ਦਿੰਦਾ ਹੈ, ਸ਼ਾਇਦ ਉਸ ਤੋਂ ਕਲੈਰੀਫਾਈ ਕਰ ਦੇਣ। ਜੋ ਹਿੰਮਤ ਸਿੰਘ ਨੇ ਗਵਾਹੀ ਦਿੱਤੀ ਹੈ, ਐਵਿਟਿਸ, ਗਿਆਨੀ ਗੁਰਮੁਖ ਸਿੰਘ ਜਿਹੜੇ ਇਹਨਾਂ ਨੇ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਬਣਾਏ, ਬਣਾ ਹੈੱਡ ਗ੍ਰੰਥੀ ਬਣਾਏ ਨੇ, ਸੇਮ ਹੈ, ਵਨ ਟੂ ਵਨ, ਵਰਡ ਟੂ ਵਰਡ ਸੇਮ ਚੀਜ਼ ਹੈ। ਤੇ ਹੁਣ ਦੱਸ ਦਿਓ ਕਿ ਗਿਆਨੀ ਗੁਰਮੁਖ ਸਿੰਘ ਜੀ ਦੀ ਜੋ ਗੱਲਾਂ ਸੀਗੀਆਂ ਉਹ ਸਹੀ ਸੀ ਜਾਂ ਜੋ ਹਿੰਮਤ ਸਿੰਘ ਜੀ ਮੁੱਕ ਰਹੇ ਇਹ ਸਹੀ ਹੈ? ਪੋਲੀਟੀਸ਼ਨ ਦਾ ਕੰਮ ਨੀ ਹੈ ਵੀ ਉਹਨੂੰ ਹੈੱਡ ਗ੍ਰੰਥੀ ਲਾਉਣਾ ਜਾਂ ਉਹਨੂੰ ਹੈੱਡ ਗ੍ਰੰਥੀ ਨਹੀਂ ਲਾਉਣਾ ਹੈਗਾ। ਜੋ ਇਹ ਜਿਹੜੀ ਹਿੰਮਤ ਸਿੰਘ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਫ੍ਰੀਲੀ ਹੋ ਕੇ ਆਪਦਾ ਦਿੱਤਾ ਹੈਗਾ ਵੀ ਮੈਨੂੰ ਪ੍ਰੈਸ਼ਰਾਈਜ਼ ਕਰਕੇ, ਪੋਲੀਟੀਕਲ ਪ੍ਰੈਸ਼ਰਾਈਜ਼ ਕਰਕੇ ਕੁਐਸਚਨ ਹੋ ਰਿਹਾ ਸੀ। ਠੀਕ ਹੈ, ਮੈਂ ਆ ਰਿਹਾ ਸੀ ਸੁਧੀਰ ਵਾਲਿਆ। ਬਾਗੀ ਸਾਹਿਬ, ਪੰਥ ਤਾਂ ਇੱਕ ਭੰਬਲ ਮੂਸੇ 'ਚ ਫਸਿਆ ਹੋਇਆ, ਉਹ ਤਾਂ ਸਿਰਫ ਇੱਕੋ ਮੰਗ ਕਰਦਾ ਕਿ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ। ਐਡਾ ਵੱਡਾ ਜਿਹੜੀ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ, ਜਿੰਨੇ ਸੱਤਾ ਤੱਕ ਪਲਟ ਦਿੱਤੀ ਹੈ, ਉਸ ਪੂਰੇ ਮਾਮਲੇ 'ਚ ਸਿਆਸਤ ਨੇ ਪੂਰੀ ਕੌਮ ਨੂੰ ਉਲਝਾ ਕੇ ਰੱਖ ਦਿੱਤਾ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜੋ ਕੁਛ ਵੀ ਹੋ ਰਿਹਾ ਹੈ ਕੌਮ ਤੋਂ ਵੀ ਉੱਪਰ ਉੱਠ ਕੇ ਅਕਾਲ ਤਖ਼ਤ ਦੇ ਉੱਪਰ ਇੱਕ ਕਿਸਮ ਦਾ ਅਕਸ ਆਉਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰਮੁਖ ਸਿੰਘ ਨੇ ਜੋ ਕਿਹਾ ਪਹਿਲਾਂ ਅਤੇ ਜੋ ਹੁਣ ਉਹਨੂੰ ਮਿਲਿਆ ਜਾਂ ਮਿਲ ਰਿਹਾ, ਇਸ ਦੇ ਬਦਲਾਅ ਦਾ ਕਾਰਨ ਕੀ ਹੈ? ਇੱਕ, ਕੀ ਹਿੰਮਤ ਸਿੰਘ ਦੀ ਪਤਨੀ ਬਿਮਾਰ ਨਹੀਂ ਹੈ ਔਰ ਉਹਨੂੰ ਪੈਸੇ ਦੀ ਲੋੜ ਹੈ, ਇਹ ਦੱਸੋ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਇਸ ਕਿਸਮ ਦਾ, ਮੈਂ ਹੋਰ ਨਹੀਂ ਕਹਿੰਦਾ, ਦੋਨੋਂ ਇਕੱਠੀਆਂ ਨੇ, ਠੀਕ ਹੈ, ਹਿੰਮਤ ਸਿੰਘ ਦੀ ਪਤਨੀ ਆਈ ਦੀ ਬਿਮਾਰ ਨਹੀਂ ਹੈ, ਤੁਹਾਨੂੰ ਇਹ ਲੱਗਦਾ ਹੈ ਕਿ ਆਰਥਿਕ ਤੌਰ ਤੇ ਸਥਿਤੀ ਮਜ਼ਬੂਤ ਨਹੀਂ ਹਿੰਮਤ ਸਿੰਘ ਦੀ, ਤੇ ਇਸ ਲਈ ਹਿੰਮਤ ਸਿੰਘ ਤੇ ਦਬਾਅ ਪਾ ਕੇ ਹਿੰਮਤ ਸਿੰਘ ਨੂੰ ਕੁਛ ਦੇ ਦਿੱਤਾ? ਗੱਲ ਤਾਂ ਉੱਥੇ ਆ ਗਈ ਨਾ, ਤੇ ਸਵਾਲ ਪੈਦਾ ਇਹ ਹੁੰਦਾ, ਮੈਂ ਤਾਂ ਹੋਰ ਅੱਗੇ ਜਾਣਾ ਵੀ ਜਦੋਂ ਕਿਸੇ ਵੀ ਆਦਮੀ ਦੇ ਉੱਪਰ ਇਸ ਰੁਤਬੇ ਦੇ ਆਪ ਆ ਕੇ ਸੱਚਾ ਜਾਂ ਝੂਠਾ ਇਲਜ਼ਾਮ ਹੋ ਜਾਏ ਜਾਂ ਉਂਗਲ ਖੜੀ ਹੋ ਜਾਏ, ਉਸਨੂੰ ਖੁਦ ਪਰੇ ਹੋ ਜਾਣਾ ਚਾਹੀਦਾ, ਕਿਉਂਕਿ ਇਹ ਨਾ ਗੁਰਮੁਖ ਸਿੰਘ ਦਾ ਸਵਾਲ ਹੈ, ਨਾ ਹਿੰਮਤ ਸਿੰਘ ਦਾ ਸਵਾਲ ਹੈ, ਨਾ ਤੁਹਾਡਾ ਮੇਰਾ, ਇਹ ਅਕਾਲ ਤਖ਼ਤ ਦਾ ਸਵਾਲ ਹੈ। ਉੱਥੇ ਜੇ ਬੰਦੇ ਨੂੰ ਐਸੇ ਨੂੰ ਬਿਠਾਓਗੇ ਤਾਂ ਜਿਹੜੇ ਉਹਨਾਂ ਦੇ ਨਾਲ ਦੇ ਨੇ ਬਿਠਾਉਣ ਵਾਲੇ ਉਹ ਇੱਕ ਪਾਸੇ ਹੋਣਗੇ, ਜਿਹੜੀ ਉਹਨਾਂ ਦੇ ਮੁਖਾਲਫਤ ਵਾਲੇ ਹੋਣਗੇ ਉਹ ਦੂਜੇ ਪਾਸੇ ਹੋਣਗੇ, ਜਿਹੜੀ ਅਥਾਰਿਟੀ ਹੈ ਤੁਹਾਡੀ ਅਕਾਲ ਤਖ਼ਤ ਦੀ ਉਹ ਚੈਲੰਜ ਹੋ ਜਾਏਗੀ। ਉੱਥੇ ਬੰਦਾ ਉਹ ਹੋਣਾ ਚਾਹੀਦਾ ਜੇ ਜੋ ਅਕਸ਼ ਬਿਲਕੁਲ ਗਿਆਨੀ ਗੁਰਮੁਖ ਸਿੰਘ ਹਰਾਂ ਨੂੰ ਹਟਾਇਆ ਕਿਉਂ ਗਿਆ ਸੀਗਾ, ਮੁੜ ਨਿਯੁਕਤੀ ਕਿਉਂ ਕੀਤੀ ਗਈ, ਇਸ ਬਾਰੇ ਸਪਸ਼ਟੀਕਰਨ ਆ ਜਾਵੇ ਫਿਰ ਸੈਟਿਸਫਾਈਡ ਹੋ ਜਾਓਗੇ? ਮੈਂ ਇਹੀ ਤਾਂ ਮੈਂ ਕਹਿਣਾ ਵੀ ਉਹਨਾਂ ਨੂੰ ਜਦੋਂ ਹਟਾਇਆ ਗਿਆ ਉਸ ਤੋਂ ਬਾਅਦ ਕੀ ਬਦਲਾਅ ਆ ਗਿਆ ਜੋ ਉਹਨਾਂ ਨੂੰ ਹੁਣ ਅੱਗੇ ਲੈ ਆਉਂਦਾ? ਠੀਕ ਹੈ, ਮੈਂ ਵਾਪਸ ਹਿੰਮਤ ਸਿੰਘ ਦੀ ਸਟੇਟਮੈਂਟ ਆ ਗਈ ਜੀ। ਠੀਕ ਹੈ, ਮੈਂ ਆ ਰਿਹਾ ਵਟਸਐਪ ਤੁਹਾਡੇ ਕੋਲ ਆ ਰਿਹਾ। ਸੁਣੀ ਬਾਜਾ, ਰਿਪੋਰਟ ਲੀਕ ਹੁੰਦੀ ਹੈ, ਰਿਪੋਰਟ ਲੀਕ ਹੋਣ ਦਾ ਮਤਲਬ ਹੈ ਕਿ ਗਾਂ ਨੂੰ ਪਤਾ ਲੱਗ ਗਿਆ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਨਾਮ ਵਿੱਚ ਹੈਗਾ। ਹੁਣ ਗਵਾਹ ਕਿਹੜੇ ਕਿਹੜੇ ਉੱਥੇ ਗਏ ਸੀ, ਸਾਰੇ ਗਵਾਹ ਨੂੰ ਸੰਮਨ ਨਹੀਂ ਹੋਇਆ, ਕੋਈ ਜ਼ਬਾਨੀ ਕਲਾਮੀ ਵੀ ਚੀਜ਼ਾਂ ਹੋਈਆਂ, ਉਹ ਸਾਰੀਆਂ ਰਿਪੋਰਟ ਦੇ ਵਿੱਚ ਦਰਜ ਹੋਈਆਂ। ਲੀਕ ਹੋਇਆ, ਇਸ ਦਾ ਮਤਲਬ ਵੀ ਹਿੰਮਤ ਸਿੰਘ ਦਾ ਮੁਕਰਨਾ ਹੈ, ਤੁਸੀਂ ਸਮਝਦੇ ਹੋ? ਦੇਖੋ, ਬਿਲਕੁਲ ਇੱਕ ਸਰਕਾਰ ਦੀ ਬੜੀ ਇੱਕ ਨਲਾਇਕੀ ਚਾਹੀਦੀ ਹੈ, ਅਗਰ ਇੰਨੀ ਵੱਡਾ ਸੰਗੀਨ ਔਰ ਜਿਹੜਾ ਸੀਰੀਅਸ ਮੈਟਰ ਹੋਵੇ ਆ ਕੇ, ਉਹ ਜਿਹੜਾ ਪੂਰੇ ਸਾਡੇ ਸਿੱਖ ਪੰਥ ਨਾਲ ਜੁੜਿਆ ਹੋਵੇ ਔਰ ਸਾਡੇ ਮਹਾਰਾਜ ਸਰੂਪ ਦੀ ਬੇਦ ਵੀ ਹੋਵੇ, ਤਾਂ ਰੋਪੀਆਂ ਦੇ ਖਿਲਾਫ ਜਾਂ ਸਾਜਿਸ਼ ਜਾਂ ਕੋਈ ਅਫਸਰ ਹੈ ਜਾਂ ਪੋਲੀਟੀਸ਼ੀਅਨ ਹੈ, ਉਹਨਾਂ ਸਵਾਲ ਚੱਕੇ ਗਏ ਹੋਣ ਅਤੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਬਾਰੇ ਸਿਫਾਰਿਸ਼ ਕਰਨੀ ਜਾਂ ਨਹੀਂ ਕਰਨੀ, ਉਹਦੇ ਬਾਰੇ ਰਿਪੋਰਟ ਤਿਆਰ ਹੋ ਰਹੀ ਹੈ ਔਰ ਉਹ ਲੀਕ ਹੋਵੇ, ਲੀਕ ਹੋ ਕੇ ਸਭ ਤੋਂ ਪਹਿਲਾਂ ਇੱਕ ਹਿਸਾਬ 5-6 ਗੁਪਤ ਸਿਸਟਮ 'ਚ ਜਾ ਕੇ ਉਹਨੂੰ ਮੀਡੀਆ ਹਾਊਸ 'ਚ ਜਾਂਦਾ, ਉਹ ਤੋਂ ਬਾਅਦ ਕਿਤੇ ਹੋਰ ਬਾਕੀ ਲੀਕ ਹੁੰਦਾ, ਫਿਰ ਇਹ ਕਾਜਲ ਵਾਲੇ ਕਹਿੰਦੇ ਨੇ ਪਹੁੰਚੀ ਇਹਨਾਂ ਕੋਲ ਵੀ ਸੇਮ ਡੇ ਸੀ ਆ ਕੇ, ਉਹ ਤੋਂ ਬਾਅਦ ਗੱਲ ਨਿਕਲੀ ਜਦੋਂ ਫਿਰ ਜਿਹੜਾ ਗਵਾਹ ਮੇਨ ਹੋਇਆ ਸਭ ਕੁਛ ਹੈ, ਅਤੇ ਫਿਰ ਉਹਦਾ ਮੁਕਰਨਾ ਨਾ ਪੋਲੀਟੀਕਲੀ ਪ੍ਰੈਸ਼ਰ ਪੈ ਗਿਆ। ਹੁਣ ਸਾਡੇ ਬਹੁਤ ਜਿਹੜੇ ਐਕਸਪਰਟ ਦੱਸ ਰਹੇ ਸੀਗੇ ਹੁਣੇ ਕਿ ਵੀ ਕੋਈ ਨਾ ਕੋਈ ਘਰ ਦੀ ਆਰਥਿਕ ਸੰਕਟ ਦਿੱਕਤ, ਇਹ ਸਵਾਲ ਆਪੇ ਉੱਠੇ ਜਾਣਗੇ ਕਿਉਂਕਿ
जो चल रहा है मेरे ख्याल दे विच, मेरे ख्याल दे विच ए सारा सारा एक बहुत बड़ा प्रेशर बिल्ड किया गया और इस कमीशन नूं एक उन्हां दा ए मिशन सीगा कि वी इहनूं किन किस तरीके नाल इहदा ते चक्किया जाए। क्योंकि जोरा सिंह कमीशन नूं तां तुसीं ना रिपोर्ट सबमिट की किसी नसीब नहीं की, अकाली दल की बड़ी वीडियो नलैकी भी नहीं। मैं जो जोरा सिंह बनाए थे बड़े इमारतकार आके तो रिपोर्ट में आके कितने कितने आके सबमिट करने वास्ते मौका देंगे, कुछ नहीं किया गया। गांव हूँ रंधावा कमीशन आया, जस्टिस रणजीत सिंह रंधावा कमीशन आया, तो हूँ हालात जिन्हें जिस अपने प्रसन्न देखा जाए कि जिनके पत्रकार तक बिल्कुल कई हद तक रिपोर्ट बिल्कुल सही बनी है। ठीक है, वो सवाल चुकने वाली गल है कि गवाह मुक्कर गए। चलो ठीक है, मैं वापस मुक्कर बार साहब। हाँ जी, तुम एक वकील हो, बड़ा लंबा तजर्बा, जस्सी रणजीत सिंह का बड़ा लंबा तजर्बा। बार साहब सवाल यह है, जस्सी रणजीत सिंह कमीशन जी रिपोर्ट बनाई है उनकी लीगली वैल्यू कि? देखो जी, मैं थोड़े सवाल से आना, पर इस तो पहले मैं ये जरूर कह देव कि यह जरा कमीशन बनया बहुत ज्यादा अहमियत सी पंजाब के। अहमियत सी कह रहे हो? अहमियत तो बहुत ज्यादा इस गल की अहमियत सी कि जिहड़ा एक कमीशन बनाया गया तो उहदियां जो फाइंडिंग्स आनियां ने, जो रिकमेंडेशन आनियां ने, इन्हें बहुत वड्डा एक हिस्सा पाउणा जो पिछले समय दे विच पंजाब दे विच होया। किंगरा साहब ने कहा है कि रिपोर्टां इंज लीक हो जांदियां जां बहुत सारे हत्थां दे विचों निकलदियां ते किते ना किते लीक हो जांदे। मैं जिहड़ा इस गल दे नाल सहमत नहीं है। रिपोर्ट दो जगह तो लीक हो सकती है, सिर्फ दो जगह, रणजीत सिंह दा कमीशन, मैं परसनली नहीं कह रहा, उहदा दा ऑफिस नंबर एक, दूसरा वो आपकी सीलबंद रिपोर्ट करके गए ने मुख्यमंत्री साहब नूं, उन्होंने दिती है, दूजा पंजाब सरकार का ऑफिस, तीसरा हथ जिहड़ा इहदे विच है वो बहुत औखा लगता है, वो जे है तो सरकार नूं करना चाहिए कि हु इज द रिस्पोंसिबल पर्सन। अकाली दल ने इल्जाम लाया बैठ साहब, मैं तुहाडी जानकारी दस देना, उहदे सुखपाल सिंह खहरा दा हाथ, मैं यही यही इस गल ते आ रहे ने, जिन्हें भी की है, मैं ए बी सी नहीं कहता, सुखपाल खहरा हो सकता, कोई भी हो सकता, जिन्हें भी ये रिपोर्ट लीक की है यदि जिम्मेवारी जी जरूर है वो पंजाब सरकार के उत्ते है कि वह इसनों कर। दूसरी जरा सवाल पूछिए यदि अहमियत है, ये कमीशन की जी रिपोर्ट है जी, ये रिकमेंडेटरी है, इट इज़ नॉट बाइंडिंग, गवर्नमेंट के उत्ते बाइंडिंग नहीं है। इन्होंने फैक्चुअल सिचुएशन जो तत्थ उन्होंने लिया ने अपनी इनकुआरी के दौरान, जो उन्होंने इकट्ठा किया मटीरियल इकट्ठा किया, जो बयान आए ने वक् वक् जिहड़े लोग सी उन्हां सारयां दे उहदे बेस के उत्ते जिहड़ा जो भी उन्हां को एविडेंस आई उहदे बेस के उत्ते उन्होंने अपनी एक रिपोर्ट बनाई और वह रिपोर्ट बना के उन्होंने पंजाब गवर्नमेंट नूं सबमिट की, जिहदे विच लिखिया कि कमीशन ऐ ए 1, 2, 3, 4 सरकार ना चाहे तो कुछ भी नहीं हो सकता, सब को इच्छा शक्ति निर्भर करता है, जो इच्छा शक्ति होती तो हूं तक बहुत कुछ हो जाना सी। इच्छा शक्ति का सवाल है कि मेरे तो बाद आगे पूछूंगा। मानसून इजलास में रखी जा रही जस्टिस रणजीत सिंह कमीशन की रिपोर्ट से हूँ की होगा? सवाल बहुत महत्वपूर्ण है सुबीर बादशाह, इनका कोई जवाब है? मानसून इजलास के रिपोर्ट रखी जा रही है तो हूँ इस रिपोर्ट चो निकलेगा की? क्योंकि जी गल मिस्टर भाट कह रहे हैं कि रिकमेंडेशन बाइंडिंग नहीं। देखो कोई भी कमीशन बनता है, कोई कुछ चीज इन्वेस्टिगेशन, कोई मतलब एस आई टी बनती है, वो भी अपनी जो बनाया होता उन्हें घट्टो घट आपको सबमिट कर दिया। कि सरकार ने एक गल की थी भी जो चीज़ वापरी है वो कठिनाई जांच पड़ताल करो, दोषी कौन है, आरोपी कौन है, उन्होंने फैसला सुना नहीं किसी होने से टंग देना, रिकमेंडेशन से काम होना सरकार को। देखो कोई भी तुम बहुत बहुत बारीकी इस पूरे मामले में देखा सुबीर बाजवा, जो तो सबूत है जो टैंपर कर दिए जाए फिर वो रिकमेंडेशन की करेंगे? बड़ी माड़ी गल है। दूजी गल इस रिपोर्ट चो साइलेंट है, नाले जिन्नी असीं पढ़ी रिपोर्ट जिन्नी लीक हुई जिन्ना देखिया भी साइलेंट है। दूजी गल बड़ी माड़ी गल है कि अगर देखो आके जिहड़ी हाई कोर्ट जिथे हर कोल बाट साहब बैठे ने सीनियर एडवोकेट हाई कोर्ट के, जो चीफ जस्टिस डबल बेंच ज हाई कोर्ट जज कहता है कि यह सीलबंद जांच रिपोर्ट मैं सौंपी जाए तो मनोगे तत् बार निकलेगी? बिल्कुल उदो क्यों निकली? पता है ना कोर्ट टंग देगी, कोर्ट लेगी आके जो तफ्तीश करने वाला भी बंदा भी खुद जाके टंग देगी आके इतने की सी इट मीन कितना कितने जिम्मेदारी जो फिक्स की सी आके आप अपने घर चो काली भेड़ा लभनी पैनगी। ਤੁਸੀਂ ਪਹਿਲਾਂ ਵੀ ਇੱਕ ਡਿਬੇਟ 'ਚ ਕਹਿ ਚੁੱਕੇ ਹੋ ਕਿ ਜਾਂਚ ਹੋ ਰਹੀ ਹੈ, ਜਾਂਚ ਦੇ ਵਿੱਚੋਂ
ਹੁਣ ਇੱਕ ਜਾਂਚ ਕਮਿਸ਼ਨ ਤੁਸੀਂ ਗਠਿਤ ਕੀਤਾ ਸੀਗਾ, ਜਾਂਚ ਕਮਿਸ਼ਨ ਦੀ ਰਿਪੋਰਟ ਲੀਕ ਹੋ ਜੂਗੀ, ਉਹਦੀ ਵੀ ਜਾਂਚ ਹੋਵੇ। ਮੈਂ ਤੁਹਾਨੂੰ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਇਸ ਕਮਿਸ਼ਨ ਦੀਆਂ ਤਿੰਨ ਕਿਸਮ ਦੀਆਂ ਰਿਕਮੈਂਡੇਸ਼ਨ ਹੈ। ਇੱਕ ਰਿਕਮੈਂਡੇਸ਼ਨ ਹੈ ਸਰਕਾਰ ਨੂੰ ਕਿ ਤੁਸੀਂ ਕੰਪਨਸੇਟ ਕਰੋ ਜਿਨ੍ਹਾਂ ਬੱਚਿਆਂ ਦਾ ਨੁਕਸਾਨ ਹੋਇਆ। ਕਿੰਗਰਾ ਸਾਹਿਬ ਮੇਰਾ ਸਵਾਲ ਹੈ, ਕਿੰਗਰਾ ਸਾਹਿਬ ਮੇਰਾ ਸਵਾਲ ਇਹ ਹੈ, ਰਿਪੋਰਟ ਲੀਕ ਹੋਈ ਹੈ, ਉਹਦੀ ਵੀ ਜਾਂਚ ਹੋਵੇਗੀ। ਮੈਂ ਉਸੇ ਤੇ ਆ ਰਿਹਾ, ਮੇਰੀ ਗੱਲ ਸੁਣ ਲਓ ਪਹਿਲਾਂ। ਇੱਕ ਇਹਦੀ ਹੈਗੀ ਹੈ ਕਿ ਤੁਸੀਂ ਜਿਹੜਾ ਬੱਚਿਆਂ ਦਾ ਨੁਕਸਾਨ ਹੈ ਉਹਨਾਂ ਨੂੰ ਕੰਪਨਸੇਸ਼ਨ ਦਿਓ। ਇਹ ਪੋਰਸ਼ਨ ਪਹਿਲਾਂ ਸਰਕਾਰ ਪੜ੍ਹਦੀ ਹੈ, ਜੋ ਲਿਖਿਆ ਉਹਨੂੰ ਵੇਖਦੀ ਹੈ, ਫਿਰ ਉਹਨਾਂ ਨੂੰ ਕੰਪਨਸੇਸ਼ਨ ਅਨਾਊਂਸ ਕਰਦੀ ਹੈ। ਔਰ ਪ੍ਰੈਸ ਕਾਨਫਰੰਸ ਕੀਤੀ ਹੈ ਸੀਐਮ ਸਾਹਿਬ ਨੇ, ਉਹਦੇ 'ਚ ਲੀਕੇਜ ਦੀ ਗੱਲ ਹੀ ਕੋਈ ਨਹੀਂ, ਸਾਰਿਆਂ ਨੂੰ ਦੱਸਤਾ ਜਦੋਂ ਪ੍ਰੈਸ ਕਾਨਫਰੰਸ ਕਰਕੇ, ਲੀਕੇਜ ਵਾਲੀ ਕੋਈ ਗੱਲ ਨਹੀਂ ਉਹਦੇ 'ਚ। ਦੂਜਾ ਪੋਰਸ਼ਨ ਇਹਦਾ, ਦੂਜਾ ਪੋਰਸ਼ਨ ਇਹਦਾ ਇਹ ਸੀਗਾ ਕਿ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਜਿਹੜੇ ਡਾਇਰੈਕਟਲੀ ਰਿਸਪੋਂਸੀਬਲ ਹੈ ਉਹਨਾਂ ਦੇ ਉੱਤੇ ਕੇਸ ਦਰਜ ਕਰਾਏ ਜਾਣ। ਇਹ ਵੀ ਕੋਈ ਲੀਕੇਜ ਵਾਲੀ ਗੱਲ ਨਹੀਂ ਹੈਗੀ, ਜਦੋਂ ਸਰਕਾਰ ਨੇ ਕਹਿਤਾ ਲਿਖਤਾ ਹੋਮ ਸੈਕਟਰੀ ਲਿਖਤਾ ਡੀਜੀਪੀ ਨੂੰ ਵੀ ਕੇਸ ਦਰਜ ਕੀਤੇ ਜਾਣ। ਸਵਾਲ ਸਿਰਫ ਇੰਨਾ ਸੀਗਾ ਕਿ ਕੀ 130 ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਐਡੀਸ਼ਨ ਕੀਤੀ ਜਾਵੇ ਜਾਂ ਨਵੇਂ ਉਹਦੇ 'ਚ ਜਿਹੜੇ ਐਫ ਆਈ ਆਰ ਲੌਂਚ ਕੀਤਾ ਜਾਵੇ ਉਹਦੇ। ਸਰਕਾਰ ਨੇ ਕਿਹਾ ਵੀ ਪੁਰਾਣੀ ਐਫ ਆਈ ਆਰ 'ਚ ਇਹਨਾਂ ਦਾ ਨਾਂ ਲਿਖਿਆ ਜਾਵੇ, ਇਹ ਵੀ ਕੋਈ ਲੀਕ ਹੋਣ ਵਾਲੀ ਗੱਲ ਨਹੀਂ ਹੈਗੀ ਹੈ, ਸਾਰਿਆਂ ਨੂੰ ਪਤਾ ਲੱਗ ਗਿਆ। ਤੀਜਾ ਇੱਕ ਪੋਰਸ਼ਨ ਹੋਰ ਹੈਗਾ ਕਿ ਸੀਨੀਅਰ ਅਧਿਕਾਰੀ ਹੈਗੇ ਆ ਅਤੇ ਸੀਨੀਅਰ ਸਾਰਵਜਨਿਕ ਪਬਲਿਕ ਮੈਨ ਹੈਗੇ ਆ, ਉਹਨਾਂ ਦੇ ਵਾਸਤੇ ਰਿਕਮੈਂਡ। ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਹੈ ਕਿ ਇਹਦੇ ਵਾਸਤੇ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਫਰਦਰ ਇਨਵੈਸਟੀਗੇਸ਼ਨ ਵਾਸਤੇ ਕੇਸ ਸੀ ਵੇਟ ਦਿੱਤਾ। ਹੁਣ ਡੀਕੇ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹ ਪੜ੍ਹਿਆ ਕਿਸੇ ਨੇ ਤਾਂ ਹੀ ਐਕਸ਼ਨ ਹੋਏ ਤਿੰਨੇ, ਕਿਉਂਕਿ ਕਪਤਾਨ ਸਾਹਿਬ ਨੇ ਗੱਲ ਕਹੀ ਸੀ ਕਿ ਇਹਦੇ ਵਿੱਚ ਡੀ ਆਈ ਜੀ ਆਈ ਜੀ ਏ ਡੀ ਜੀ ਪੀ ਲੈਵਲ ਦੇ ਅਫਸਰ ਹੋ ਸਕਦੇ ਨੇ, ਜਾਂਚ ਜੋ ਸਾਹਮਣੇ ਆ ਰਿਹਾ ਇੱਥੇ ਅਸੀਂ ਨਾਮ ਡਿਸਕਲੋਜ਼ ਨਹੀਂ ਕਰਦੇ ਇਹਦੇ ਬਾਰੇ, ਅਸੀਂ ਹਾਏ ਆਪਾਂ ਰਿਪੋਰਟ ਜਿਹੜੀ ਵਿਧਾਨ 'ਚ ਬਦਾਵਾਂਗੇ, ਵਿਧਾਨ ਵਿੱਚ ਡਿਸਕਲੋਜ਼ ਕਰਾਂਗੇ, ਰਿਪੋਰਟ ਸਬਮਿਟ ਕਰਾਂਗੇ। ਮੈਂ ਕਿਸੇ ਤੋਂ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਪੂਰਾ ਦੱਸਾਂਗੇ, ਰਿਪੋਰਟ ਸਬਮਿਟ ਕਰਾਂਗੇ, ਕਿਉਂਕਿ ਉਹਨਾਂ ਨੇ ਵੀ ਨਾਮ ਨਹੀਂ ਸੀ ਲਏ। ਜੇ ਤੁਸੀਂ ਕਮਿਸ਼ਨ ਆਫ ਇਨਕੁਆਇਰੀਜ਼ ਐਕਟ ਨੂੰ ਚੰਗੀ ਤਰ੍ਹਾਂ ਪੜ੍ਹੋ ਤਾਂ ਉਹਦੇ ਵਿੱਚ ਬੜਾ ਸਾਫ਼ ਲਿਖਿਆ ਹੈ ਕਿ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਜਾਂ ਪਾਰਲੀਮੈਂਟ ਦਾ ਸੈਸ਼ਨ, ਜੇ ਕੇਂਦਰ ਦੀ ਸਰਕਾਰ ਹੈ ਜਾਂ ਸੂਬੇ ਦੀ ਸਰਕਾਰ ਹੈ, ਉੱਥੇ ਤੁਸੀਂ ਕਮਿਸ਼ਨ ਦੀ ਰਿਪੋਰਟ ਟੇਬਲ ਕਰੋਗੇ, ਨਾਲ ਦੀ ਨਾਲ ਐਕਸ਼ਨ ਟੇਕਨ ਰਿਪੋਰਟ ਵੀ ਟੇਬਲ ਕਰੋਗੇ। ਕਿੰਗਰਾ ਸਾਹਿਬ ਦੇ ਸਾਰਿਆਂ ਨੂੰ ਪਤਾ ਹੈ, ਕਿੰਗਰਾ ਸਾਹਿਬ ਫਿਰ ਬਰਗਾੜੀ ਸਾਹਿਬ ਮੋਰਚਾ ਲੱਗਿਆ, ਉਹਨਾਂ ਨੂੰ ਜਾ ਕੇ ਰਿਪੋਰਟ ਆ ਫੜਾ ਜਾਂਦੇ ਨਾ ਵੀ ਭਾਈ ਆ ਪਈਆ ਜਦ ਤੱਕ ਕਰਤੀ ਹੈ ਗੱਲ ਖਤਮ ਹੋ ਜਾਂਦੀ, ਸਾਰੀਆਂ ਪੰਥਾਂ ਜਿਹੜੀ ਮੰਗ ਕਰਦੀ ਹੈ ਉਹ ਰਿਪੋਰਟ ਕੋ ਲੀਕ ਕਰਾ ਦੇ। ਐਕਸ਼ਨ ਟੇਕਨ ਰਿਪੋਰਟ ਬਿਨਾ ਪੜੇ ਨਹੀਂ, ਤਾਂ ਇਹਦਾ ਜਵਾਬ ਤੁਸੀਂ ਨਹੀਂ ਦੇ ਰਹੇ। ਸਤਿਵੀਰ ਵਾਲੀਆ ਸਤਿਵੀਰ ਇੱਕ ਮਿੰਟ ਆ ਰਿਹਾ ਤੇਰੇ ਪਾਸ ਸਤਿਵੀਰ ਵਾਲੀਆ, ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ 'ਤੇ ਕੀ ਚੁਣੌਤੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਸਦਨ ਵਿੱਚ ਜਾਣਾ ਹੈ, ਜਾਂ ਸਦਨ ਵਿੱਚ ਤੁਸੀਂ ਵੰਡੇ ਪਏ ਹੈਗੇ ਹੋ, ਤੁਸੀਂ ਇਸ ਰਿਪੋਰਟ 'ਤੇ ਕੀ ਬੋਲੋਗੇ ਉੱਥੇ ਜਦੋਂ ਰਿਪੋਰਟ ਰੱਖੀ ਜਾਊਗੀ? ਨਹੀਂ ਵੰਡੇ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਏਗਾ ਉਹ ਤਾਂ ਫੇਰ ਗੱਲ ਕਲੀਅਰ ਹੋਏਗੀ ਨਾ, ਪਹਿਲੇ ਉਸ ਚੀਜ਼ ਦੀ ਗੱਲ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਨਹੀਂ ਤੁਸੀਂ ਬਹੁਤ ਮੁੱਦਾ ਚੁੱਕਿਆ ਸੀ, ਤੁਸੀਂ ਜਾ ਕੇ ਧਰਨੇ ਲਾਏ ਸੀ, ਤੁਸੀਂ ਗੱਲ ਹਰ ਕਰਨੇ ਲਾਏ ਸੀ ਬੀਪੀ ਜੀ, ਇਹਨਾਂ ਨੇ ਅੱਜ ਮੀਟਿੰਗ ਬੁਲਾਈ ਸੀ ਕੀ ਰਣਨੀਤੀ ਬਣਾਉਣ ਵਾਸਤੇ, ਇਸ ਕਰਕੇ 24 ਤਰੀਕ ਨੂੰ 11 ਵਜੇ ਸਾਰੇ MLA ਦੀ ਮੀਟਿੰਗ ਹੈ, ਮੀਟਿੰਗ ਤੋਂ ਬਾਅਦ ਵਿਧਾਨ ਸਭਾ ਸੈਸ਼ਨ 'ਚ ਜਾਣਗੇ, ਰਿਪੋਰਟ ਬਾਰੇ ਵੀ ਤੇ ਹੋਰ ਇਸ਼ੂ ਵੀ ਚੱਕਣਗੇ। ਹੁਣ ਮੈਂ ਗੱਲ ਕਰਦਾ ਰਿਪੋਰਟ ਲੀਕ ਦੀ, ਜਿਹੜੇ ਮੇਨ ਆਪਾਂ ਗੱਲ ਚੱਲ ਰਹੀ ਹੈ। ਕਿੰਗਰਾ ਸਾਹਿਬ ਬੜੇ ਸਮਾਰਟਲੀ ਕਹਿ ਰਹੇ ਜੀ, ਕੈਪਟਨ ਸਾਹਿਬ ਨੇ ਪਹਿਲਾਂ ਇਹ ਗੱਲ ਕਹਿਤੀ ਸੀਗੀ, ਜਿਹੜੀ ਵੀ ਰਿਪੋਰਟ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਰਿਲੇਟਡ ਹੁੰਦੀ ਹੈ, ਚਾਹੇ ਉਹ STF ਰਿਪੋਰਟ ਹੈ ਚਾਹੇ ਉਹ ਬਰਗਾੜੀ ਰਿਪੋਰਟ ਹੈ, ਉਹ ਪਹਿਲਾਂ ਲੀਕ ਹੋ ਜਾਂਦੀ ਹੈ। ਇਟ ਮੀਨਸ ਕਾਂਗਰਸ ਇੱਕ ਸੇਫ ਗਾਰਡ, ਇੱਕ ਸੇਫ ਪੈਸੇਜ ਉਹਨਾਂ ਨੂੰ ਦੇਣਾ ਚਾਹੁੰਦੀ ਹੈ, ਦੱਸਣਾ ਚਾਹੁੰਦੀ ਹੈ, ਤਾਂ ਹੀ ਗਵਾਹ ਮੁੱਕਰ ਵਿੱਚ ਸ਼ੁਰੂ ਕਰਦਾ ਹੈ। ਫਰੈਂਡਸ਼ਿਪ ਮੈਚ ਖੇਡਦੇ ਪਏ ਦੋਨੋਂ ਪਾਸੇ, ਅੰਡਰਸਟੂਡ STF ਦੀ ਰਿਪੋਰਟ ਵੀ ਲੀਕ ਹੋਈ। ਤੁਸੀਂ ਫਰੈਂਡਸ਼ਿਪ ਮੈਚ ਖੇਡੀ ਹੈ? ਬਿਲਕੁਲ, ਫਰੈਂਡਸ਼ਿਪ ਮੈਚ ਨਹੀਂ ਇਹਦੇ ਵਿੱਚ ਖੇਡਿਆ ਜਾ ਰਿਹਾ ਜੀ, ਜਿਸ ਦਿਨ ਤੋਂ ਇਹ ਕਮਿਸ਼ਨ ਦਾ ਗਠਨ ਹੋਇਆ ਉਸੇ ਦਿਨ ਤੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਤਰਾਜ਼ ਇਹਦੇ 'ਤੇ ਕੀਤਾ ਸੀ ਵੀ ਇਹ ਕਮਿਸ਼ਨ ਨਹੀਂ ਬਣਨਾ ਚਾਹੀਦਾ, ਕਿਉਂਕਿ ਫੇਵਰੇਬਲ ਅਨਫੇਵਰੇਬਲ ਦੋਨਾਂ ਤੁਹਾਡੇ ਲਈ ਕਮਿਸ਼ਨ ਦੀ ਰਿਪੋਰਟ ਆ, ਉਹ ਤੁਸੀਂ ਵਾਰ ਵਾਰ ਕਹਿੰਦੇ ਸਾਡੇ ਕੂੜੇ ਦਾ ਢੇਰ ਹੈ, ਉਹ ਕੂੜੇ ਕੋ ਰੱਦੀ ਸਿੱਟ ਨਹੀਂ ਹੈ। ਉਹ ਪਹਿਲਾਂ ਜਰਾਜ਼ ਫਿਰ ਹਿੰਮਤ ਸਿੰਘ ਦੀ ਗਵਾਹੀ ਤੁਹਾਨੂੰ ਕੋਈ ਚੰਗੀ ਲੱਗਣ ਲੱਗ ਪਈ? ਉਹ ਵੀ ਰਿਪੋਰਟ ਵਿੱਚ ਹੀ ਹੈ ਨਾ ਗਵਾਹੀ, ਤੁਹਾਨੂੰ ਰਿਪੋਰਟ ਵਿੱਚ ਗਵਾਹੀ ਕੋਈ ਚੰਗੀ ਲੱਗਣ ਲੱਗ ਪਈ ਸੀ ਨੀ? ਮੈਂ ਤੁਹਾਨੂੰ ਇੱਕ ਫੈਕਟ ਦੱਸਿਆ ਵੀ ਉਹਨੇ ਆਹ ਫੈਕਟ ਦਿੱਤਾ ਹੈ ਵੀ ਟੀਵੀ ਚੈਨਲ ਦੇ ਉੱਪਰ ਬੈਠ ਕੇ ਵੀ ਤੁਹਾਨੂੰ ਪਤਾ ਹੈ ਵੀ ਸਰਕਾਰਾਂ ਦੇ ਪ੍ਰੈਸ਼ਰ ਕਿਸ ਤਰ੍ਹਾਂ ਦੇ ਹੁੰਦੇ ਆ। ਮੈਂ ਸਿਰਫ ਇਹੀ ਗੱਲ ਕਹਿਣੀ ਚਾਹ ਰਿਹਾ
रिपोर्ट जल्दी जनतक की मांग कर रही पंथक जथेबंदियां रिपोर्ट जल तक होगी इस रिपोर्ट का हम जो पंथक धिर की सुनेहा जा रहा मैं तो एक सिख बुद्धिजीवी होने के तौर पर पूछ रहा पहली गल तो यह है भी मैं दो तरीके देखता एक सियासत एक रिलीजियस मेरा जो एंगल है रिलीजियस ज्यादा है ठीक है ये सब तो वड्डी ये जो होया इस करके है कि गुरुद्वार सियासत होंगी है उत्थे गुरुद्वारे के सामने तुम टूट पुराण बोलते हो उत्थे जब गुरुद्वारे के एक दूजे से तलवारा कढ़ते हो करते हो तो बेइज्जती की जाती है प्रिजाइडिंग अफसर की होंगी है तो वो गुरु ग्रंथ साहब की बेइज्जती असं आप करते हैं चाहे कांग्रेसियां चाहे अकालिया चाहे कोई हाँ यू जिनी देर सियासत न गुरुद्वार चो नहीं कढ़ रहे जे हूँ मैं थोड़ा टेढ़े जे तरीके कह दिया भी जो जो यदि संखेप दसदा पिछली सरकार वेले ये इश्तहार आता है कि तुहाडा गुरु चोरी कर लिया या अगवा कर लिया लभ लो वो भी सिखा की सरकार सी अंग अंग करके सुटे गए हूँ वो जोड़े अंग ने वह छप्पड़ा चो तो दरियावान चो आ सरकार कढ़ रही है अज वो अंग ने जड़े थोड़े गुरु के वो केस कस्टडी आए ने केस एविडेंस बन के केस प्रॉपर्टी केस हाँ लीगल वर्ड केस प्रॉपर्टी मैं कहना भी ये सारी की सारी बेइज्जती ताही होंगी है जो जो सियासत के उपर जी है धर्म को सियासत वास्ते असं वरतते हैं ਉਦੋਂ ਫਿਰ ਇਹ ਸਾਰਾ ਕੁਛ ਹੁੰਦਾ ਔਰ ਇਹ ਸਾਰਾ ਉਸੇ ਦਾ ਹੀ ਨਤੀਜਾ ਹੈ ਇਹ ਜਿਹੜਾ ਜੋ ਕੁਛ ਇੱਥੇ ਹੋਰ ਹੋਣ ਨੂੰ ਤਿਆਰ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਮਾਫੀਨਾਮੇ ਤੋਂ ਸ਼ੁਰੂ ਹੋਇਆ ਸੀਗਾ ਮਾਫੀਨਾਮੇ ਤੋਂ ਸ਼ੁਰੂ ਹੋਇਆ ਸੀਗਾ ਮਾਫੀਨਾਮੇ ਦੀ ਵਾਪਸੀ ਵੀ ਹੋਈ ਹੈ ਹੁਣ ਇਹਦਾ ਕੌਣ ਜਵਾਬ ਦਊਗਾ ਜਿਹੜੇ 91 ਲੱਖ ਰੁਪਏ ਇਸ਼ਤਿਹਾਰਾਂ ਤੇ ਖਰਚੇ ਜਿਹੜੇ 91 ਲੱਖ ਰੁਪਏ ਇਸ਼ਤਿਹਾਰਾਂ ਤੇ ਖਰਚੇ ਗਏ ਸੀਗੇ ਅਖਬਾਰੀ ਇਸ਼ਤਿਹਾਰਾਂ ਤੇ ਉਹਦਾ ਕੌਣ ਜਵਾਬ ਦਊਗਾ ਮਾਫੀਨਾਮੇ ਕਿਉਂਕਿ ਸਾਰਾ ਕੁਝ ਮਾਫੀਨਾਮੇ ਤੇ ਟਿਕਿਆ ਹੋਇਆ ਨਾ ਤੁਸੀਂ ਉਹੀ ਕਹਿ ਰਹੇ ਹੋ ਨਾ ਇਹ ਸ਼੍ਰੋਮਣੀ ਕਮੇਟੀ ਦੇ 91 ਲੱਖ ਰੁਪਏ ਦੇ ਖਰਚੇ ਸੀ ਅਖਬਾਰੀ ਸਾਰਾ ਪੈਸਾ ਜਿਹੜਾ ਹੈਗਾ ਕਿੱਥੋਂ ਤਾਂ ਆਇਆ ਉਹ ਪੈਸਾ ਸਾਨੂੰ ਪਤਾ ਹੋਣਾ ਚਾਹੀਦਾ ਜਵਾਬ ਦੇ ਰਿਹਾ ਇਹ ਮਿਸਯੂਜ ਨਹੀਂ ਹੋ ਰਿਹਾ ਸਰਦਾਰ ਸਾਹਿਬ ਨੇ ਕਿਹਾ ਕਹਿੰਦੇ ਜੇ ਇਸ ਤਰ੍ਹਾਂ ਦੇ ਵਾਕਏ ਫੇਰ ਹੋਣਗੇ ਇਹ ਤੁਹਾਨੂੰ ਕਿੱਦਾਂ ਪਤਾ ਹੈ ਇੱਕ ਮਾਫੀਨਾਮੇ ਦੇ 91 ਲੱਖ ਦੇ ਖਰਚੇ ਕਹਿੰਦਾ ਮਿਸਯੂਜ ਨਹੀਂ ਹੋਣੀ ਹੈ ਇਸ਼ਤਿਹਾਰਾਂ ਦੇ ਉੱਤੇ ਮਾਫੀਨਾਮਾ ਆਪਣੀ ਪਬਲਿਕ ਪੋਲਿਟਿਕਸ ਵਾਸਤੇ ਆਪਣੇ ਪੋਲਿਟਿਕਲ ਇੰਟਰਸਟ ਵਾਸਤੇ ਮਾਫੀਨਾਮੇ ਦੇ ਕੋਈ 91 ਲੱਖ ਖਰਚੇ ਜਾਂਦਾ ਉਹ ਪਬਲਿਕ ਦਾ ਪੈਸਾ ਹੀ ਹੈ ਨਾ ਮੈਂ ਉਹ ਛੋੜਿਆ ਪਿਆ ਕਿ ਨਹੀਂ ਮੈਂ ਉਹ ਛੋੜਿਆ ਪਿਆ ਸਾਹਿਬ ਕਹ ਰਹੇ ਧਰਮ ਤੇ ਸ਼ਾਸਤਰ ਹੋਏਗੀ ਤੇ ਤਾਂ ਹੋਣਗੇ ਇਸ ਕਰਕੇ ਭ੍ਰਿਸ਼ਟ ਬਿਲਕੁਲ ਠੀਕ ਹੈ ਇਸੇ ਕਰਕੇ ਸਰਕਾਰ ਨੇ ਜਿੰਨਾ ਚਿਰ ਦਖਲਦਾਰੀ ਸਿਆਸੀ ਨਹੀਂ ਰੁਕਦੀ ਘਟਨਾ ਵਾਪਰੀ ਸੀਗੀ ਸਨ 16 ਦੇ ਵਿੱਚ ਉਹਨਾਂ ਨੇ 25 ਦਸੰਬਰ ਦੇ ਕਰੀਬ ਉਹਨਾਂ ਨੇ ਸਰਕਾਰ ਨੇ ਫੈਸਲਾ ਲਿਆ ਵੀ ਇਹਦੇ 'ਚ ਸਖ਼ਤ ਤੋਂ ਸਖ਼ਤ ਉਮਰ ਕੈਦ ਦਿੱਤੀ ਜਾਊਗੀ ਜਿਹੜਾ ਵੀ ਬੰਦਾ ਕੋਈ ਇਸ ਤਰ੍ਹਾਂ ਦਾ ਕਰੂਗਾ ਔਰ ਅੱਜ ਹੁਣ ਫਿਰ ਸਰਕਾਰ ਨੇ ਹੁਣ ਵਾਲੀ ਸਰਕਾਰ ਨੇ ਵੀ ਪ੍ਰਸਤਾਵ ਬਣਾ ਕੇ ਭੇਜਿਆ ਵੀ ਸੈਂਟਰ ਤੋਂ ਮਨਜ਼ੂਰੀ ਆਉਂਦਿਆਂ ਸਾਰ ਤੁਸੀਂ ਇਨਕੁਆਇਰੀ ਵੀ ਨਹੀਂ ਕੀਤੀ ਪ੍ਰਗਾਲ ਦੀ ਇਨਕੁਆਇਰੀ ਵੀ ਨਹੀਂ ਕੀਤੀ ਗੈਰ ਕਾਨੂੰਨੀ ਗੈਰ ਕਾਨੂੰਨੀ ਟੈਂਡਰ ਕਿਵੇਂ ਹੋ ਗਏ ਬਾਈ ਗੈਰ ਕਾਨੂੰਨੀ ਕਿਵੇਂ ਟੈਂਡਰ ਹੋਏ ਗੈਰ ਕਾਨੂੰਨੀ ਇਹਨਾਂ ਨੂੰ ਪਤਾ ਸੀ ਕਿਵੇਂ ਟੈਂਡਰ ਹੋ ਗਈਆਂ ਪੋਸਟਮਾਰਟਮ ਰਿਪੋਰਟ ਦੀ ਕਿਵੇਂ ਟੈਂਡਰ ਹੋ ਗਈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਸਿਰਫ ਇੱਕ ਮਿੰਟ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਨੂੰ ਉੱਥੋਂ ਆਪਣੇ ਪੁਲਿਸ ਨੇ ਅਰੈਸਟ ਕੀਤਾ ਸੀ ਜੀ ਇਹਨਾਂ ਨੇ ਕੁਰਾਨ ਸ਼ਰੀਫ ਦੇ ਉਹ ਅੰਗ ਲੈ ਕੇ ਉਹ ਖਿਲਾਰੇ ਗਏ ਹੈ ਤੇ ਉਹ ਕਿਸ ਸਾਜਿਸ਼ ਦਾ ਹਿੱਸਾ ਹਨ ਉਹ ਤੁਹਾਡੇ BJP ਦੇ DHP ਦੇ ਜਿਹੜਾ ਵਰਕਰ ਹੈ ਉਹ ਵਰਕਰ ਹੈ ਜਿਹੜਾ ਵਾਪਸ ਹੋ ਗਿਆ 154 ਦੇ ਬਿਆਨ ਪੜੋ ਜਾ ਕੇ ਉਹਦੇ ਬੜੀ ਮਾੜੀ ਗੱਲ ਹੈ ਤੁਸੀਂ 154 ਦੇ ਬਿਆਨ ਪੜੋ ਜਾ ਕੇ ਉੱਥੇ ਸਾਰਾ ਕੀ ਇੱਕ ਤੁਸੀਂ ਦੂਸ਼ਣਬਾਜੀ ਲੋ ਬੰਦ ਕਰੋਗੇ ਤਾਂ 154 ਦੇ ਬਿਆਨ ਪੜੋ ਕਰਾ ਦੇ ਛੋੜਿਓ ਇਹ ਉੱਪਰ ਗਿਆ ਉਹ ਤੋਂ ਵਾਪਸ ਆਵਾਂਗੇ ਤੁਹਾਡੇ ਐਬੀਪੀ ਦੇ ਇਹ ਸਿਆਸਤ ਹੈ ਜਿਹਨੇ ਪੂਰਾ ਮੈਂ ਮੁੰਡ ਲਿਆ ਹੋ ਗਿਆ 2022 ਨਹੀਂ ਹੋ ਰਹੀ ਹੈ SGPC ਚੋਣਾਂ ਲਈ ਹੋ ਰਹੀ ਹੈ ਇਹ ਸਿਆਸਤ ਇਹਨਾਂ ਚੀਜ਼ਾਂ ਲਈ ਹੋ ਰਹੀ ਹੈ ਜੇ ਵਾਕਈ ਇਹ ਸੰਜੀਦਗੀ ਹੁੰਦੀ ਇੱਛਾ ਸ਼ਕਤੀ ਹੁੰਦੀ ਤਾਂ ਇਨਸਾਫ ਦਬਾਉਂਦੇ ਇਹ 3 ਸਾਲ ਬੀਤ ਚੁੱਲੇ ਆ ਤੇ ਇਨਸਾਫ ਕਦੋਂ ਮਿਲੇਗਾ ਸਵਾਲ ਇਹ ਹੈਗਾ ਫਿਰ ਤੋਂ ਵਾਪਸ ਆਵਾਂਗੇ ਪਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸਾਡਾ ਨਹੀਂ ਹੋਵੇਗਾ ਉਹਨਾਂ ਨੇ ਕਿਤੇ ਹੋਰ ਜਾਣਾ ਫਿਰ ਤੋਂ ਮਾਨਸੂਨ ਇਜਲਾਸ ਵਿੱਚ ਰੱਖੀ ਜਾ ਰਹੀ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਹੁਣ ਕੀ ਹੋਵੇਗਾ ਸੁਖਬੀਰ ਵਾਲੀ ਬਾਤ ਇਹਦਾ ਕੋਈ ਜਵਾਬ ਹੈਗਾ
क्यों सदन में रिपोर्ट रखी जाएगी उत्थे रोड़ा रप्पा पवेगा अकाली दल उत्थे बैठेगा जो सदन चों वाकब कर देगा की होगा रिपोर्ट उसका देखो इन्हों इस बार दिया जी सैशन चलेगा उन्होंने किसान दिया खुदकशियां उस साइड पर इशू रखी बैठे ने और कई इदा के जो पब्लिक न रिलेटिड ने चाहे वह मुलाजमान का बेरोजगारी का नशे का मुद्दे होर है नशे मुद्दे चलो चक लेंगे लेकिन ये हूँ बरगाड़ी का कांड को लैके चाहे अकाली दल है चाहे आम आदमी पार्टी है चाहे बीजेपी वाले है ये जी उस इशू में जरा पूरा कुरेज के पेड़ लगे पे क्योंकि यू इको चीज़ है कि उन्होंने खिलाफ कार्रवाई करो क्योंकि सरकार ने यही चलेगा इशू दो वाकआउट होगा सब कुछ है पर लेकिन गल है कि जी इन लीकेज हुई लीकेज दौरान जो आप बार बार एक डी जी पी समीर सैनी का कह रहे हैं बादल साहब का कह रहे हैं दूजे का कह रहे हैं जो कि गल तो स्पष्ट नहीं कोई चीज़ नहीं हैगी कि करते हो यह भी पूरा जगह मुर्त दर्ज हो गया बाद कहने ये हूँ रिपोर्ट की अहमियत जिदा जिस ढंग नाल सोची जा रही थी ज एक पोलीटिशियन उत्थे बैठा सदन च 117 सीटा च जो प्रैस गैलरी एक जर्नलिस्ट न सरकारी मशीनरी है जी उसका भी इस्तेमाल होता है प्रशासन तो सारा कुछ आना होता है उस सारी की अहमियत सब ने इंतजार किया भी अहमियत बहुत होगी ये अहमियत हम जीरो होगी बची है नहीं मैं दो तरह देखता पहली गल तो है कि जी सेंकटरी उस रिपोर्ट की है जी कोई भी जरा कमीशन है वह आपकी इनकुआरी रिपोर्ट दिता तो वो एक सेंकटरी है कि वह एक प्रॉपर प्रोसीजर के द्वारा क्योंकि ये बहुत सारा ये इशू आया इस कि असेंबली के रख के तो डिस्कशन होएगी और नाल ही गवर्नमेंट जी अपनी एक्शन टेकिंग रिपोर्ट जी लेगी हूँ वह डिस्कशन तो जी हम लोगों के होगी पूरे मीडिया के होगी हूँ असेंबली के डिस्कशन वो कि बाकी रही अहमियत कि रही है ये एक क्वेश्चन मार्क जरूर ये उत्ते लग गया पर सेंकटरी जी उस रिपोर्ट की सी उपर जरूर सट बजी है तिगड़ा साहब ने कहा जी कि चीफ मिनिस्टर साहब ने वो सारा दस दिता जे चीफ मिनिस्टर साहब ने सारा दस ही देना तो रिपोर्ट भी ना ही दस दें क्या रिपोर्ट जी आ गई लीक कर इस तरीके विंगेटेड ढंग कराने की की सी दूसरा इशू यह है कि ये जी रिपोर्ट लीक हुई है यदा फायदा किन हो रहा है सब तो किस ये एंगल जरा है ਉਹ ਸਾਰੇ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਡਿਸਕਸ ਹੋ ਰਿਹਾ ਹੈ ਇਸ ਗੱਲ ਮੈਂ ਕਰ ਰਿਹਾ ਕਨੈਕਸ਼ਨ ਕੌਣ ਜਿਹੜਾ ਇਸ ਨੂੰ ਕੀ ਕਨੈਕਸ਼ਨ ਹੈ ਇਹਦਾ ਤੇ ਕਿਸ ਤਰੀਕੇ ਨਾਲ ਇਹ ਜਿਹੜੀ ਲੀਕ ਹੋਈ ਕੀ ਫਰੈਂਡਲੀ ਮੈਚ ਹੈ ਜਾਂ ਕੀ ਇਹ ਸਡਨ ਬਾਈ ਚਾਂਸ ਹੋਇਆ ਪਰ ਮੈਂ ਇਹ ਨਹੀਂ ਸਮਝਦਾ ਮੈਂ ਸਮਝਦਾ ਕਿ ਇਹਦੇ ਪਿੱਛੇ ਕੈਲਕੂਲੇਟਡ ਤਰੀਕੇ ਦੇ ਨਾਲ ਗਿਣੀ ਮਥੀ ਸਾਜ਼ਿਸ਼ ਦੇ ਨਾਲ ਕਿਸੇ ਨੂੰ ਵੀ ਫਾਇਦਾ ਪਹੁੰਚਾਉਣ ਦੇ ਲਈ ਕੁਝ ਵੀ ਕਰਨ ਦੇ ਲਈ ਇਹ ਰਿਪੋਰਟ ਜਿਹੜੀ ਹੈ ਉਹ ਲੀਕ ਕੀਤੀ ਗਈ ਹੈ ਦੂਸਰੀ ਜਿਹੜਾ ਇਸ਼ੂ ਹੈ ਸਰਦਾਰ ਜੀ ਨੇ ਬਿਲਕੁਲ ਠੀਕ ਕਿਹਾ ਸਿੱਖ ਪੰਥ ਦੇ ਬੜੇ ਬੁੱਧੀਜੀਵੀ ਨੇ ਬਿਲਕੁਲ ਨੇ कि जिन्ना चिर तक साड़ी जी एस जी पी सी है वो जी प्रधान कौन चुनिया जाएगा वो जी परची है वो एक खास बंदा जरा वा वो डिसाइड करके उसको लैके लिया के उत्थे रखता तो ऐ खोलो तो उदा सारा जरा जमहूरी जी जिस जिस स्पिरिट के जी गुरुद्वारा प्रबंधक कमेटी होंद के आई सी सेटबैक लग रही है तो क्वेश्चन मार्क लग रहा है ये महंता तो जो छडाउन के लिए गुरुद्वारे आजाद करने के लिए साढ़े लोगों ने कुरबानियां दित्तियां लोग जोड़े है मरे इस फेस करते हुए तो जे अज उ जोड़े महंत है वह विंगे टेढ़े तरीके इस तरीके कब्जा करते हैं तो यह सिख भाईचारे के लिए बहुत बड़ा ठीक है मैं इस सवाल से वापस आऊँगा जो बाढ़ साहब तुम चकते हो कि चोणों का भी मसला है सियासत का मसला है बागड़ी साहब मैं थोड़े तो एक सवाल लेना चाहता बागड़ी साहब श्री अकाल तख्त साहब जथेदार ने बहुत यहोजियां कार्रवाइया की है जो पंच के कोई यह चीज़ा निकल दी है मेरा सवाल यह है कि तीन साल पहला जड़िया कार्रवाइया होनी चाहिए सी मैं उससे सवाल नहीं पूछ रहा मैं सवाल यह पूछ रहा जो एक ज्ञानी गुरमुख सिंह का जिक्र हो जो हिम्मत सिंह का जिक्र हो श्री अकाल तख्त साहब को इस मामले इंटरव्यू करना चाहिए देखो उन्होंने करना चाहिए लेकिन सिर्फ कल्या नहीं करना चाहिए जिस तरह पंज का है जो जी पंज प्यारे कहते हैं जो कुछ कहते हैं वह मतलब है कलैक्टिव नॉट नैसेसरीली पंज सत भी हो सकते हैं दस भी हो सकते हैं डिपेंडिंग अपॉन द नेचर ऑफ द सिचुएशन वो कट्ठे होकर विचार कर उस विचार के आधार पर ही अकाल तख्त करते कला अकाल तख्त का जथेदार फैसला नहीं ले सकता कॉन्सैप्ट है ये जिहड़ा मैं तुहानूं बैकग्राउंड दसा ये जिहड़ा अकाल तख्त के पुराने जमाने गुरमता हुंदा सी
ਉਸ ਗੁਰਮਤਿ ਨੂੰ ਇੰਪਲੀਮੈਂਟ ਕਰਨਾ ਉਹਨਾਂ ਉਹ ਜਥੇਦਾਰ ਦਾ ਕੰਮ ਹੁੰਦਾ ਸੀ ਔਰ ਉਹਦੀ ਜਿਹੜਾ ਟਾਈਮ ਲਿਮਿਟ ਹੈ ਦੈਟ ਇਜ਼ ਲਿਮਿਟਡ ਟੂ ਦੀ ਐਕਸਟੈਂਟ ਆਫ ਦੈਟ ਗੁਰਮਤਾ ਗੁਰਮਤਾ ਹੋਏਗਾ ਉਸ ਨੂੰ ਅਕਾਲ ਤਖ਼ਤ ਲਾਗੂ ਕਰੇਗਾ ਇਹ ਜਿਹੜਾ ਹੈਗਾ ਹਾਈਐਸਟ ਫਾਰਮ ਆਫ ਡੈਮੋਕਰੈਟਿਕ ਸੈਟਅਪ ਹੈਗਾ ਇਕੱਲਾ ਅਕਾਲ ਤਖ਼ਤ ਸਾਹਿਬ ਦਾ ਜਿਹੜੇ ਹੈ ਇਕੱਲਾ ਇਕੱਲਾ ਹੀ ਇਕੱਲਾ ਮੈਂ ਉਸ ਚੀਜ਼ ਨੂੰ ਨਹੀਂ ਮੈਂ ਨਾਲ ਸਵਾਲ ਇੱਕ ਹੋਰ ਜੋੜ ਇਕੱਲੇ ਨਹੀਂ ਹੋਏਗਾ ਗਿਆਨੀ ਗੁਰਮੁਖ ਸਿੰਘ ਅਤੇ ਉਹਨਾਂ ਦੇ ਭਰਾ ਹਿੰਮਤ ਸਿੰਘ ਉਹਨਾਂ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਕੋਈ ਸਵਾਲ ਪੁੱਛਿਆ ਜਾ ਸਕਦਾ ਜਾਂ ਨਹੀਂ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਇਹ ਜਿਹੜਾ ਤੁਹਾਡਾ ਬਦਲਾਅ ਹੋਇਆ ਜਿਸ ਨੂੰ ਕਹਿੰਦੇ ਨੇ ਹੌਸਟਾਈਲ ਕਿ ਵਿਟਨੈਸ ਹੌਸਟਾਈਲ ਹੋ ਗਿਆ ਜਾਂ ਮੁੱਕਰ ਗਿਆ ਉਹ ਕਿਉਂ ਹੋਇਆ ਕੀ ਵਜ੍ਹਾ ਸੀ ਕੇਪੀ ਸਿੰਘ ਜੀ ਜਿਹਨਾਂ ਨੇ ਬਿਆਨ ਦਿੱਤਾ ਕਮਿਸ਼ਨ ਦੇ ਸਾਹਮਣੇ ਉਹ ਸਹੁੰ ਚੁੱਕ ਕੇ ਦਿੱਤਾ ਸਹੁੰ ਚੁੱਕ ਕੇ ਬਿਆਨ ਦਿੱਤਾ ਸਹੁੰ ਚੁੱਕ ਕੇ ਬਿਆਨ ਦੇਣ ਤੋਂ ਬਾਅਦ ਬਾਹਰ ਆ ਕੇ ਮੁਕਰਨਾ ਉਸ ਤੋਂ ਬਾਅਦ ਉਹ ਆਪਾਂ ਨੂੰ ਪਤਾ ਕਿਸ ਕਰਕੇ ਮੁਕਰਿਆ ਬਹੁਤ ਤੁਸੀਂ ਪੰਥਾ ਅਤੈਸ਼ੀ ਹੋ ਤੁਹਾਡੀ ਪਾਰਟੀ ਪੰਥਾ ਅਤੈਸ਼ੀ ਕਹਿੰਦੀ ਆ ਜੇ ਇਹ ਕੁਛ ਹੋ ਰਿਹਾ ਤੁਸੀਂ ਵੀ ਅਪੀਲ ਕਰ ਸਕਦੇ ਹੋ ਕਿ ਨਹੀਂ ਕਰਨੇ ਚਾਹੁੰਦੇ ਨਹੀਂ ਕਿ ਤੁਹਾਡੇ ਲਈ ਸੂਟੇਬਲ ਹੈ ਇਹ ਪੂਰੀ ਗਰਾਊਂਡ ਮੇਰੀ ਪਹਿਲੀ ਬੇਨਤੀ ਤਾਂ ਇਹ ਸੁਣੋ ਸਾਰੇ ਇਹ ਰੌਲਾ ਪਾਉਂਦੇ ਵੀ ਉੱਥੇ ਇੱਕ ਦਲ ਦਾ ਕਬਜ਼ਾ ਇੱਕ ਦਲ ਦਾ ਕਬਜ਼ਾ ਹਮੇਸ਼ਾ ਇਲੈਕਸ਼ਨ ਹੁੰਦਾ ਹੈ ਫਰੀ ਐਂਡ ਫੇਅਰ ਇਲੈਕਸ਼ਨ ਹੁੰਦਾ ਹੈ ਸਾਰੀਆਂ ਪਾਰਟੀਆਂ ਉਹਦੇ 'ਚ ਇਲੈਕਸ਼ਨ ਦੇ ਵਿੱਚ ਪਾਰਟ ਲੈਂਦੀਆਂ ਅਤੇ ਉਦੋਂ ਪਾਰਟ ਲੈ ਕੇ ਉੱਥੇ ਤੁਸੀਂ ਉਹ ਆਪਦਾ ਤੁਸੀਂ ਸੁਧਾਰ ਕਰੋ ਜੋ ਐਸ ਜੀ ਪੀ ਸੀ ਬਾਕੀ ਹੈਗਾ ਨਹੀਂ ਜੋ ਜੇ ਇਹਨਾਂ ਦੇ ਮਨ 'ਚ ਕੋਈ ਸ਼ੰਕਾ ਹੈਗੀ ਉਹ ਸੁਧਾਰ ਇਹ ਕਰ ਸਕਦੇ ਇਹ ਜਿੱਤ ਕੇ ਆਉਣ ਜਿੱਤ ਕੇ ਆ ਕੇ ਅਤੇ ਉੱਥੇ ਆਪਦਾ ਸੰਬੰਧ ਪੂਰੇ ਉਹਨੂੰ ਸੁਧਾਰਨ ਜੇ ਇਹਨਾਂ ਨੂੰ ਕੋਈ ਕਮੀਆਂ ਲੱਗਦੀਆਂ ਤਾਂ ਮੇਰੇ ਸਾਰੇ ਜਵਾਬ ਦੇ ਦੋਗੇ ਹਾਂਜੀ ਮੈਂ ਕਹਿ ਰਿਹਾ ਸੀਗਾ ਹਿੰਮਤ ਸਿੰਘ ਅਤੇ ਜਿਹੜਾ ਭਾਈ ਗੁਰਮੁਖ ਸਿੰਘ ਹੈਗੇ ਉਹਨਾਂ 'ਤੇ ਕੋਈ ਕਾਰਵਾਈ ਕਰਨੀ ਚਾਹੀਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਅਕਾਲੀ ਦਲ ਦਾ ਕੀ ਸਟੈਂਡ ਇਹ ਤਾਂ ਅਕਾਲ ਤਖ਼ਤ ਸਾਹਿਬ ਜਾਣਦਾ ਜੀ ਅਕਾਲੀ ਦਲ ਦਾ ਅਕਾਲ ਤਖ਼ਤ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈ ਉਹਨਾਂ ਦਾ ਬਿਜਲੀ ਪਾਣੀ ਕਿਹਨਾਂ ਨੇ ਬੰਦ ਕੀਤਾ ਸੀਗਾ ਕਿਹਨਾਂ ਦਾ ਜਦੋਂ ਬਿਜਲੀ ਪਾਣੀ ਬੰਦ ਕੀਤਾ ਗਿਆ ਸੀ ਗੁਰਮੁਖ ਸਿੰਘ ਦਾ ਜਦੋਂ ਉਹਨਾਂ ਦਾ ਘਰ ਖਾਲੀ ਕਰਵਾਉਣਾ ਸੀਗਾ ਬਿਜਲੀ ਪਾਣੀ ਕੱਟਿਆ ਗਿਆ ਸੀਗਾ ਉਦੋਂ ਉਹਨਾਂ ਨੇ ਬੜਾ ਰੌਲਾ ਪਾਇਆ ਸੀਗਾ ਜਾਂ ਤਾਂ ਫਿਰ ਉਹ ਬਿਆਨ ਖਾਰਜ ਕਰਵਾ ਦਿਓ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਹਦਾ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ ਸੀ ਕਾਂਗਰਸ ਕਬਜ਼ਾ ਕਰ ਰਹੀ ਹੈ ਸਾਰਾ ਕੁਛ ਕਰ ਰਹੀ ਹੈ ਚਾਹੇ ਬਰਗਾੜੀ ਇਨਸਾਫ਼ ਮੋਰਚੇ ਦਾ ਜ਼ਿਕਰ ਹੁੰਦਾ ਹੋਵੇ ਚਾਹੇ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਹੁੰਦਾ ਹੋਵੇ ਤੇ ਸਾਰੇ ਕਹਿ ਰਹੇ 2019-2022 ਜਿਹੜਾ ਸੈਮੀਫਾਈਨਲ ਤੇ ਫਾਈਨਲ ਹੈ ਤੇ ਐਸ ਜੀ ਪੀ ਸੀ ਦੀਆਂ ਚੋਣਾਂ ਉਹਦੇ ਲਈ ਕਾਂਗਰਸ ਤਿਆਰੀ ਕਰ ਰਹੀ ਮੈਂ ਤੁਹਾਨੂੰ ਪਹਿਲਾਂ ਇੱਕ ਹਿੰਮਤ ਸਿੰਘ ਦੇ ਬਿਆਨ 'ਤੇ ਛੋਟਾ ਜਿਹਾ ਇੱਕ ਟਿੱਪਣੀ ਕਰਦੇ ਹਾਂ ਗੁਰਮੁਖ ਸਿੰਘ ਉਹਨਾਂ ਨੇ 2015 ਦੇ ਵਿੱਚ ਜੋ ਕਿਹਾ ਜਾਂ ਤਾਂ ਉਹ ਝੂਠ ਸੀ ਅਤੇ ਜਾਂ ਅੱਜ ਹਿੰਮਤ ਸਿੰਘ ਕਹਿ ਰਿਹਾ ਉਹ ਝੂਠ ਦੂਜੀ ਗੱਲ ਜਿਹੜੀ ਹੈ ਹਿੰਮਤ ਸਿੰਘ ਕਹਿੰਦਾ ਮੈਂ ਪ੍ਰੈਸ਼ਰ ਥੱਲੇ ਆ ਕੇ ਬਿਆਨ ਦਿੱਤਾ ਇਹ ਕਿਵੇਂ ਸੰਭਵ ਨਹੀਂ ਕਿ ਉਹ ਅੱਜ ਪ੍ਰੈਸ਼ਰ ਥੱਲੇ ਆ ਕੇ ਮੁੱਕਰ ਰਿਹਾ ਬਈ ਝੂਠ ਹੀ ਬੋਲਿਆ ਉਹਨੇ ਫਿਰ ਤੀਜੀ ਗੱਲ ਜਿਹੜੀ ਬਾਠ ਸਾਹਿਬ ਨੇ ਕਹੀ ਹੈ ਕਿ ਉਹ ਸਹੁੰ ਚੱਕ ਕੇ ਬਿਆਨ ਦਿੱਤਾ ਇਹਨੂੰ ਪਰਜਰੀ ਕਹਿੰਦੇ ਆ ਇਹ ਜ਼ਿਆਦਾ ਸੀਰੀਅਸ ਐਲੀਗੇਸ਼ਨ ਹੁੰਦਾ ਪਰਜਰੀ ਦਾ ਪਰਜਰੀ ਦਾ ਕੇਸ ਵੀ ਉਹ 'ਤੇ ਚੱਲ ਸਕਦਾ ਵੀ ਤੂੰ ਸਹੁੰ ਖਾ ਕੇ ਬਿਆਨ ਜਿਹੜਾ ਉਹ ਕਿਵੇਂ ਦਿੱਤਾ ਫਿਰ ਉਹ ਰਿਪੋਰਟ ਆਪ ਪੜਾਈ ਹੈ ਉਹਨੇ ਆਪਦਾ ਬਿਆਨ ਉਹ ਕਮਿਸ਼ਨ ਨੇ ਉਹਨੂੰ ਸੱਦਿਆ ਨਹੀਂ ਸੀ ਉਹ ਕਹਿੰਦਾ ਮੈਂ ਕਿਸੇ ਦੇ ਦਬਾਅ ਆ ਗਿਆ ਕਹਿੰਦਾ ਪ੍ਰੈਸ਼ਰ ਹੁਣ ਮੇਰੇ ਤੇ ਸਰਕਾਰ ਨੇ ਪਵਾਇਆ ਉਦੋਂ ਕਿਹਦਾ ਪ੍ਰੈਸ਼ਰ ਸੀ ਉਹਨਾਂ ਤੇ ਉਦੋਂ ਉਹ ਬੜਾ ਰੌਲਾ ਪਾਉਂਦੇ ਸੀਗੇ ਉਹ ਜਿਹੜਾ ਜਿਵੇਂ ਹੁਣ ਵਾਗੜੀ ਸਾਹਿਬ ਨੇ ਹੁਣੇ ਕਿਹਾ ਹੈਗਾ ਜਿਹੜੇ ਬੰਦਿਆਂ ਦਾ ਏਦਾਂ ਦਾ ਕਿਰਦਾਰ ਹੈ ਕਿ ਉਹ ਡਿਜ਼ਰਵ ਕਰਦੇ ਆ ਐਡੀਆਂ ਹਾਈ ਸੀਟਸ ਜਿਹੜੀਆਂ ਸਪਿਰਚੁਅਲ ਸਾਡੀਆਂ ਹੈਗੀਆਂ ਸਿੱਖ ਜਿੰਦੀਆਂ ਉਹਨਾਂ ਤੇ ਬੈਠਣਾ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਸਿੱਖ ਧਰਮ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਇਹੋ ਜਿਹੇ ਬੰਦੇ ਜਿਹੜੇ ਪ੍ਰੈਸ਼ਰ ਥੱਲੇ ਆ ਕੇ ਮੁੱਕਰ ਸਕਦੇ ਆ ਉਹਨਾਂ ਨੂੰ ਇਹੋ ਜਿਹੇ ਧਰਮ ਸਥਾਨਾਂ ਦੇ ਉੱਤੇ ਸਾਨੂੰ ਹੈੱਡ ਬਣਾਉਣਾ ਚਾਹੀਦਾ ਇਹ ਇੱਕ ਬੜਾ ਵੱਡਾ ਸਵਾਲ ਹੈ ਬਹੁਤ ਅਹਿਮ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਨਹੀਂ ਹੋਰ ਕਰਨਾ ਕਿ ਵਿਧਾਨ ਸਭਾ ਦੇ ਵਿੱਚ ਇਹ ਰਿਪੋਰਟ ਟੇਬਲ ਹੋਣੀ ਹੈ ਡਿਸਕਸ਼ਨ ਹੋਣੀ ਹੈ ਕਿ ਨਹੀਂ ਹੋਣੀ ਉਹ ਇੱਕ ਅੱਡ ਕਾਨੂੰਨ ਹੈ ਉਹਦਾ ਵਿਧਾਨ ਸਭਾ ਦਾ ਉਹ ਕਾਨੂੰਨ ਦੇ ਤਹਿਤ ਨੋਟਿਸ ਦਿੱਤਾ ਜਾਏਗਾ ਬਿਜ਼ਨਸ 'ਚ ਆਏਗਾ ਉਹ ਸਾਰਾ ਅੱਡ ਬਿਜ਼ਨਸ ਹੈ ਉਹਦਾ ਇਹ ਦਿਸ ਰਿਪੋਰਟ ਇਜ਼ ਐਂਡ ਵਿਦ ਦੀ ਐਕਸ਼ਨ ਟੇਕਨ ਰਿਪੋਰਟ ਇਜ਼ ਰਿਕੁਆਇਰਡ ਟੂ ਬੀ ਟੇਬਲਡ ਔਨ ਦੀ ਟੇਬਲ ਆਫ ਦੀ ਹਾਊਸ ਆਫਟਰ ਦੈਟ ਡਿਸਕਸ਼ਨ ਹੈਪਨਸ ਔਰ ਨਾਟ ਦੇਰ ਆਰ ਡਿਫਰੈਂਟ ਰੂਲਸ ਫਾਰ ਹੋਲਡਿੰਗ ਡਿਸਕਸ਼ਨ ਔਨ ਐਨੀਥਿੰਗ ਉਸ ਰੂਲ ਦੇ ਤਹਿਤ ਜਿਹੜੀ ਉਹ ਡਿਸਕਸ਼ਨ ਹੋਏਗੀ ਉਹ ਜਦੋਂ ਬਿਜ਼ਨਸ ਆਏਗਾ ਉਦੋਂ ਪਤਾ ਲੱਗੇਗਾ ਤੁਸੀਂ ਆਪ ਦੇ ਸਵਾਲ ਦਾ ਜਵਾਬ ਦਿਓ ਤੁਸੀਂ ਐਸਜੀਪੀਸੀ ਤੇ ਕਬਜ਼ਾ ਕਰਨ ਲਈ ਸਾਰਾ ਕੁਝ ਕਰ ਦਿੰਦੇ ਕੱਢ ਦਿੰਦੇ ਆ ਉਹ ਯਾਰੋ ਐਸਜੀਪੀਸੀ ਤੇ ਮੇਰਾ ਮਨ ਕਿਉਂ ਨਹੀਂ ਕਰੂਗਾ ਕਬਜ਼ਾ ਕਰਨ ਨੂੰ ਮੈਂ ਸਿੱਖ ਹੋਣ ਦੇ ਨਾਤੇ ਮੈਂ ਵੋਟ ਪਾਉਣਾਗਾ ਵੋਟ ਜਦੋਂ ਵੀ ਬੰਦਾ ਵੋਟ ਪਾਉਂਦਾ ਚਾਹੇ ਉਹ ਸਰਕਾਰ 'ਚ ਪਾਉਂਦਾ ਚਾਹੇ ਐਸਜੀਪੀਸੀ ਪਾਉਂਦਾ ਉਹ ਆਪਦੇ ਆਪ ਤੋਂ ਜਿੱਤਣ ਵਾਸਤੇ ਹੀ ਪਾਉਂਦਾ ਵੋਟ
ਲੰਬੀ ਚਰਚਾ ਮੰਗਦੀ ਹੈਗੀ ਸਾਡੇ ਕੋਲ ਜਿੰਨਾ ਕੁ ਵਕਤ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਜਹਿਨ ਦੇ ਵਿੱਚ ਜਿਹੜਾ ਸਵਾਲ ਹੈਗਾ ਉਹ ਲਿਆ ਜਾਵੇ ਹਾਲਾਂਕਿ ਸਿਆਸਤ ਹੈ ਸਵਾਲਾਂ ਨੂੰ ਗੋਲ ਮੋਲ ਵੀ ਕਰਦੀ ਹੈਗੀ ਹੈ ਪਰ ਇਹ ਸਿਆਸਤ ਨੂੰ ਸਮਝਣਾ ਤੁਸੀਂ ਵੀ ਹੈ ਅਤੇ ਅਸੀਂ ਵੀ ਸਮਝਦੇ ਹਾਂ ਬਿਲਕੁਲ ਵਾਪਸ ਆ ਮਾਨਸੂਨ ਇਜਲਾਸ ਵਿੱਚ ਰੱਖੀ ਜਾ ਰਹੀ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਹੁਣ ਕੀ ਹੋਵੇਗਾ ਸੁਖਬੀਰ ਸਿੰਘ ਬਾਜਵਾ ਮੈਂ ਸਵਾਲ ਪਹਿਲਾਂ ਵੀ ਕੀਤਾ ਸੀ ਹੁਣ ਫਿਰ ਦੁਹਰਾ ਰਿਹਾ ਮਾਨਸੂਨ ਇਜਲਾਸ ਵਿੱਚ ਰਿਪੋਰਟ ਰੱਖੀ ਜਾਵੇਗੀ ਬਹਿਸ ਹੋਵੇਗੀ ਜਾਂ ਨਹੀਂ ਹੋਵੇਗੀ ਇੱਕ ਵੱਖਰਾ ਵਿਸ਼ਾ ਹੋਵੇਗਾ ਪਰ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕਿਸ ਨੂੰ ਸਿਆਸੀ ਸੇਕ ਲੱਗੇਗਾ ਅਤੇ 2019-2022 'ਤੇ ਐਸ ਸੀ ਪੀ ਚੋਣਾਂ ਦਾ ਗਰਾਊਂਡ ਤਿਆਰ ਹੋ ਜਾਵੇਗਾ ਇੱਥੇ ਵਿਧਾਨ ਸਭਾ 'ਚ ਰਿਪੋਰਟ ਪੇਸ਼ ਹੋਏਗੀ ਬਹਿਸ ਵੀ ਹੋਏਗੀ ਸਰਕਾਰ ਦੇ 'ਤੇ ਜ਼ੋਰ ਲੱਗਾ ਪਿਆ ਪੂਰਾ ਕੰਮ ਦੇਖੋ ਸਾਰੇ ਤੁਹਾਨੂੰ ਇਨਸਾਈਡ ਜਿਹੜੇ ਅੰਦਰ ਜਾਣ ਕੇ ਪਤਾ ਵੀ ਸਭ ਕੁਝ ਹੋਇਆ ਲੇਕਿਨ ਗੱਲ ਇਹ ਕਿ ਸਾਰਾ ਕਿ ਜਿਹੜਾ ਉਸ ਦੌਰਾਨ ਜਿਹੜਾ ਹੁਣ ਚਾਹੇ ਤੁਸੀਂ ਐਚ ਈ ਵੀ ਤੁਹਾਨੂੰ ਜੋੜ ਕੇ ਦੇਖ ਰਹੇ ਹੋ ਗੱਲ ਇਹ ਨਹੀਂ ਹੈ ਕਿ ਵੀ ਕੀ ਉਸ ਦੌਰਾਨ ਜਿਹਨਾਂ ਪੋਲੀਟੀਸ਼ੀਅਨਸ ਦਾ ਜਾਂ ਬਿਊਰੋਕਰੇਟਸ ਦਾ ਜਿਹਨਾਂ ਦਾ ਕਿਹਾ ਜਾ ਰਿਹਾ ਹੈ ਜੇ ਇਹ ਕਿਹਾ ਜਾ ਰਿਹਾ ਵੀ ਵਿਧਾਨ ਸਭਾ ਦੇ ਉੱਤੇ ਆਪਾਂ ਉਹਨਾਂ ਨੂੰ ਜਿਹੜੀ ਹੈ ਸਰਕਾਰ ਕਹਿ ਦੇਗੀ ਵੀ ਆਪਣਾ ਚੀਫ ਮਿਨਿਸਟਰ ਉੱਠ ਕੇ ਆਸ਼ਵਾਸਨ ਦੇਗਾ ਕਿ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਇੱਦਾਂ ਕਰਕੇ ਜੇ ਲੇਕਿਨ ਸਾਰਾ ਗੱਲ ਤਾਂ ਉਹੀ ਹੈ ਵੀ ਜਿਹੜੀ ਚੀਜ਼ ਦੀ ਹੁਣ ਤੱਕ ਆਪਾਂ ਨੂੰ ਕਿਊਰੀਓਸਿਟੀ ਸੀ ਯਾਰ ਕਿਹੜੇ ਕਿਹੜੇ ਇਨਵੋਲਵਮੈਂਟ ਹੈ ਹੁਣ ਤੱਕ ਸਿੱਧੀ ਗੱਲ ਆ ਰਹੀ ਸੀ ਬਰਗਾੜੀ ਕਾਂਡ ਲੱਗੇ ਟਿਲ ਡੇਟ ਸਾਲ ਦੋ ਸਾਲ ਤੋਂ ਜਦੋਂ ਇੱਕ ਸਾਲ 6-7 ਮਹੀਨੇ ਤੋਂ ਸਰਕਾਰ ਨੂੰ ਆ ਕੇ ਅਕਾਲੀ ਦਲ ਵੱਲੋਂ ਲਗਾਤਾਰ ਬਿਆਨ ਆ ਰਿਹਾ ਸੀ ਕਿ ਇਹ ਇੱਕ ਵਨ ਸਾਈਡਡ ਹੋਏਗੀ ਇਹ ਸਾਨੂੰ ਕੁਛ ਨੂੰ ਫਸਾਉਣ ਦੀ ਸਾਜਿਸ਼ ਚੱਲ ਰਹੀ ਹੈ ਇਹ ਜੋ ਚੱਲ ਰਿਹਾ ਹੈ ਪੂਰਾ ਚੱਲ ਰਿਹਾ ਇਹ ਹਿੰਮਤ ਸਿੰਘ ਤੇ ਗੁਰਮੁਖ ਸਿੰਘ ਦਾ ਮੁੱਦਾ ਉੱਥੇ ਆਊਗਾ ਦੇਖੋ ਉਹ ਕਿਉਂ ਨਹੀਂ ਆਏਗਾ ਜੀ ਆਏਗਾ ਉਹ ਪਹਿਲਾਂ ਬਾਇਓ ਸਾਹਿਬ ਤੁਸੀਂ ਵੀ ਉਹਦਾ ਇੰਟਰਵਿਊ ਕਰਦੇ ਪਏ ਸੀਗੇ ਬਾਇਓ ਸਾਹਿਬ ਉਹ ਵਾਜਾ ਮਾਰ ਮਾਰ ਕੇ ਇੰਟਰਵਿਊ ਦੇ ਰਹੇ ਸੀਗੇ ਉਹਨੂੰ ਲੱਭਦੇ ਨਹੀਂ ਪਏ ਹਾਂਜੀ ਆਪਣਾ ਬੰਦੋਬਸਤ ਜ਼ਰੂਰ ਕਰਦਾ ਕੇ ਹੁਣ ਜਦੋਂ ਪਤਾ ਸੀ ਵੀ ਜਿਹੜੀ ਹੁਣ ਗਵਾਹ ਮੁਕਰਨ ਦੇ ਨਾਲ ਕੀ ਹੋਏਗਾ ਹੁਣ ਤੁਸੀਂ ਜਸਟਿਸ ਜੋਰਾ ਸਿੰਘ ਬਣਾ ਰੰਧਾਵਾ ਰਣਜੀਤ ਸਿੰਘ ਮੁਕਰੇਗਾ ਨੀ ਕਿ ਮੈਂ ਕਮਿਸ਼ਨ ਦਾ ਚੇਅਰਮੈਨ ਹੈਗਾ ਹੁਣ ਬਾਕੀ ਜਿਹੜੇ ਚੀਜ਼ਾਂ ਮੁਕਰਨਗੇ ਨਹੀਂ ਆ ਕੇ ਡੀ ਜੀ ਪੀ ਐਫੀਡੇਟ ਦੇ ਚੁੱਕਣ ਨਾ ਮੁਕਰਦੇ ਨਹੀਂ ਲੇਕਿਨ ਜਿਹੜੀਆਂ ਚੀਜ਼ਾਂ ਜਿੱਥੇ ਜਿੱਥੇ ਜੋ ਹੁੰਦਾ ਸੀ ਆ ਕੇ ਜਿਵੇਂ ਬਾਗੜ ਸਾਹਿਬ ਨੇ ਕਿਹਾ ਹੋਸਟਾਈਲ ਵਾਲੀ ਗੱਲ ਹੋਏ ਪੂਰਾ ਜ਼ੋਰ ਲਗਾ ਕੇ ਰਾਤਰੋਂ ਤੇ ਤਾਂ ਕੀ ਹੋ ਗਿਆ ਵੀ ਤੁਸੀਂ ਉਹੀ ਤੁਹਾਡੇ ਤੁਸੀਂ ਕਿਹੜਾ ਜਿਹਨਾਂ ਤੁਸੀਂ ਦਿਖਦਾ ਪਿਆ ਕੇ ਵੀ ਉਹਨੂੰ ਉੱਥੋਂ ਚੱਕ ਕੇ ਉੱਥੇ ਲਾਤਾ ਔਰ ਲੱਗ ਰਿਹਾ ਕਿਸੇ ਨਾ ਕਿਸੇ ਦਾ ਇੰਟਰਸਟ ਹੈ ਕੁਛ ਆ ਕੋਈ ਗੱਲ ਤਾਂ ਹੈ ਨਾ ਠੀਕ ਹੈ ਬਾਠ ਸਾਹਿਬ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਬਾਠ ਸਾਹਿਬ ਹਿੰਮਤ ਸਿੰਘ ਦੀ ਗਵਾਹੀ ਤੋਂ ਮੁਕਰਨ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਇੱਕ 192 ਪੇਜਾਂ ਵਾਲੀ ਰਿਪੋਰਟ ਹੈ ਪਹਿਲਾ ਹਿੱਸਾ 158 ਤੇ 169 ਨੰਬਰ ਪੇਜ ਤੇ ਬਿਆਨ ਦਰਜ ਹੁੰਦੇ ਆ ਕੱਲਾ ਹਿੰਮਤ ਸਿੰਘ ਆਊਟ ਤੇ ਸਾਰਾ ਰਿਪੋਰਟ ਬਦਲ ਨਹੀਂ ਜੀ ਇਹ ਦੂਜਾ ਸਵਾਲ ਮੇਰਾ ਹੋਰ ਹੈ ਜਸਟਿਸ ਰਣਜੀਤ ਸਿੰਘ ਕਹਿੰਦੇ ਆ ਕਿ ਸਾਡੇ ਕੋਲੇ ਉਹਨਾਂ ਦੇ ਦਸਤਖਤ ਹੈਗੇ ਉਹਨਾਂ ਦੇ ਮੁਕਰਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੋਨੋਂ ਚੀਜ਼ਾਂ ਬਿਲਕੁਲ ਠੀਕ ਹੈ ਇਹ ਜਿਹੜੀ ਤੁਸੀਂ ਰਣਜੀਤ ਸਿੰਘ ਉਹਨਾਂ ਨੇ ਕਿਹਾ ਕਿ ਉਹ ਖੁਦ ਵਲੰਟੀਅਰਲੀ ਉਹਨਾਂ ਦੇ ਕੋਲ ਆਇਆ ਦਫ਼ਤਰ ਦੇ ਵਿੱਚ ਹੀ ਵਾਸ ਨਾਟ ਸਮਨਡ ਉਹਨੂੰ ਬੁਲਾਇਆ ਨਹੀਂ ਗਿਆ ਔਰ ਕਮਿਸ਼ਨ ਆਫ ਇਨਕੁਆਇਰੀ ਦੇ ਵਿੱਚ ਜੋ ਵੀ ਰੈਫਰੈਂਸ ਹੁੰਦੀ ਹੈ ਉਹਦਾ ਇੱਕ ਵੱਡਾ ਵੱਡਾ ਸਕੋਪ ਹੁੰਦਾ ਕਿ ਕੋਈ ਵੀ ਅਗਰੀਵਡ ਪਾਰਟੀ ਜਾਂ ਕੋਈ ਵੀ ਕੰਸਰਨਡ ਪਾਰਟੀ ਜੋ ਉਸ ਸੰਬੰਧ ਦੇ ਵਿੱਚ ਕੋਈ ਕਹਿਣਾ ਚਾਹੁੰਦੀ ਹੈ ਕੋਈ ਐਵੀਡੈਂਸ ਪੇਸ਼ ਕਰਨਾ ਚਾਹੁੰਦੀ ਹੈ ਕੋਈ ਆਪਣਾ ਬਿਆਨ ਰਿਕਾਰਡ ਕਰਨਾ ਚਾਹੁੰਦੀ ਹੈ ਉਹ ਕਮਿਸ਼ਨ ਦੇ ਕੋਲ ਆ ਕੇ ਆਪਣੀ ਗੱਲ ਜਿਹੜੀ ਹੈ ਕਹਿ ਸਕਦੀ ਹੈ ਅਤੇ ਇਹੀ ਕੁਝ ਇਸ ਵਿੱਚ ਹੋਇਆ ਕਿ ਉਹ ਜਿਹੜਾ ਆਦਮੀ ਹਿੰਮਤ ਸਿੰਘ ਹੈ ਉਹ ਆਇਆ ਉਹਨੇ ਸਹੁੰ ਚੁੱਕੀ ਆ ਕੇ ਸਹੁੰ ਚੁੱਕ ਕੇ ਆਪਣਾ ਬਿਆਨ ਕਰਾਇਆ ਔਰ ਉਹਦੇ ਉੱਤੇ ਆਪਣੇ ਸਾਈਨ ਜਿਹੜੇ ਆ ਉਹ ਕੀਤੇ ਆਪਣੇ ਸਾਈਨ ਕੀਤੇ ਆ ਸਹੁੰ ਚੁੱਕ ਕੇ ਉਹਨੇ ਬਿਆਨ ਦਿੱਤਾ ਜਿਹੜੀ ਮੈਂ ਸਭ ਤੋਂ ਅਹਿਮ ਗੱਲ ਕਹਿਣੀ ਚਾਹੁੰਦਾ ਇਸ ਰਿਪੋਰਟ ਦੇ ਕੰਟੈਂਟ ਦੇ ਉੱਤੇ ਕੁਝ ਸਵਾਲ ਜ਼ਰੂਰ ਹੈ ਆ ਜਿਹੜੇ ਰਣਜੀਤ ਸਿੰਘ ਕਮਿਸ਼ਨ ਕਮਿਸ਼ਨ ਨੇ ਜਿਹੜੇ ਆ ਉਹ ਜ਼ਰੂਰੀ ਦੇਣੇ ਨਹੀਂ ਸਮਝੇ ਤੁਹਾਨੂੰ ਯਾਦ ਹੋਵੇਗਾ ਅਯੁੱਧਿਆ ਕਮਿਸ਼ਨ ਜਦੋਂ ਬਣਿਆ ਸੀ ਲਿਬਰਲ ਕਮਿਸ਼ਨ ਬਣਿਆ ਸੀ ਤਾਂ ਉਦੋਂ ਜਿਹੜੇ ਬਹੁਤ ਜਿਹੜੇ ਡਾਇਰੈਕਟਲੀ ਇਹਦੇ ਵਿੱਚ ਇਨਵੋਲਵ ਬੰਦੇ ਸੀ ਉਹਨਾਂ ਨੂੰ ਸਮਰ ਕੀਤਾ ਗਿਆ ਸੀ ਕਿਉਂਕਿ ਕਮਿਸ਼ਨ ਕੋਲ ਪਾਵਰ ਹੈ ਕਿ ਉਹ ਜਿਹੜਾ ਬਾਉਂਡ ਕਰ ਸਕਦਾ ਕਿਸੇ ਵਿਟਨੈਸ ਨੂੰ ਜਿਹੜਾ ਜ਼ਰੂਰੀ ਸਮਝਿਆ ਜਾਵੇ ਕਿ ਤੂੰ ਆ ਕੇ ਆਪਦੇ ਬਿਆਨ ਰਿਕਾਰਡ ਕਰਾ
ਜੇ ਉਹ ਨਹੀਂ ਆਉਂਦਾ ਤਾਂ ਉਹਦੇ ਜਿਹੜੇ ਨਾਨ ਅਪੀਲੇਬਲ ਵਾਰੰਟ ਹੈ ਕੱਢੇ ਜਾ ਸਕਦੇ ਆ। ਕਿਉਂ ਕਿਉਂ ਜਿਹੜਾ ਇਸ ਕੇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਿੰਨੇ ਕੱਢਣੇ ਚਾਹੀਦੇ ਸੀ, ਮੈਂ ਗੱਲ ਉਹੀ ਆ ਰਹੀ ਜੀ, ਜਿਹੜਾ ਸਭ ਤੋਂ ਵੱਡਾ ਜ਼ਿੰਮੇਵਾਰ ਜਿਹਨੂੰ ਸਮਝਿਆ ਗਿਆ ਜਿਹੜਾ ਡੀਜੀਪੀ ਸੀ ਉਸ ਵੇਲੇ ਦਾ, ਉਹਨੂੰ ਜਿਹੜਾ ਵਾ ਨੋਟਿਸ ਕੱਢਿਆ ਗਿਆ, ਉਹ ਆ ਕੇ ਦੋ ਦਿਨ ਰਿਟਾਇਰਮੈਂਟ ਤੋਂ ਆਉਣ ਤੋਂ ਪਹਿਲਾਂ ਇੱਕ ਐਫੀਡੈਵਿਟ ਦੇ ਗਿਆ, ਕਿਉਂ ਉਹਨੂੰ ਸਮਨ ਕਰਕੇ ਕ੍ਰੋਸ ਐਗਜ਼ਾਮਨ ਕਿਉਂ ਨਹੀਂ ਕੀਤਾ ਗਿਆ, ਨੰਬਰ ਇੱਕ। ਨੰਬਰ ਦੋ, ਜਿਹੜਾ ਸਭ ਤੋਂ ਸੈਕੰਡ ਸੀ ਜਾਂ ਫਸਟ ਜਿਹੜਾ ਸੀ ਉਸ ਵੇਲੇ ਦਾ ਹੋਮ ਮਿਨਿਸਟਰ ਜਿਹੜਾ ਡਾਇਰੈਕਟਲੀ ਰਿਸਪੋਂਸੀਬਲ ਸੀ ਲਾ ਐਂਡ ਆਰਡਰ ਦੇ ਲਈ, ਉਸ ਨੂੰ ਕਿਉਂ ਸਮਨ ਨਹੀਂ ਕੀਤਾ ਗਿਆ ਤੇ ਕਿਉਂ ਕਮਿਸ਼ਨ ਦੇ ਸਾਹਮਣੇ ਜਿਹੜਾ ਨਹੀਂ ਬੁਲਾਇਆ ਗਿਆ ਤੇ ਕ੍ਰੋਸ ਐਗਜ਼ਾਮਨ ਨਹੀਂ ਕੀਤਾ ਗਿਆ, ਇਹ ਸਵਾਲ ਜ਼ਰੂਰ ਜਿਹੜੇ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਉਦੋਂ ਦੇ ਗ੍ਰਹਿ ਮੰਤਰੀ ਨੂੰ ਸਮਨ ਕਰ ਸਕਦੇ ਸੀ, ਉਹਨਾਂ ਨੇ ਨਹੀਂ ਕੀਤਾ। ਪਾਵਰ ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਰਣਜੀਤ ਸਿੰਘ ਕਮਿਸ਼ਨ ਨੇ ਵੀ ਫਰੈਂਡਸ਼ਿਪ ਮੈਚ ਖੇਡਿਆ? ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕਿਉਂ ਨਹੀਂ ਕੀਤਾ, ਪਰ ਮੈਂ ਕਹਿਣਾ ਕਿ ਦੇ ਵਾਰ ਨੈਸੈਸਰੀ ਜਿਹੜਾ ਵਿਟਨੈਸ ਟੂ ਬ੍ਰਿੰਗ ਦੀ ਟਰੁੱਥ, ਸੱਚਾਈ ਨੂੰ ਸਾਹਮਣੇ ਲਿਆਉਣ ਲਈ ਉਹਨਾਂ ਨੂੰ ਕਮਿਸ਼ਨ ਦੇ ਸਾਹਮਣੇ ਬੁਲਾਉਣਾ ਤੇ ਉਹਨਾਂ ਨੂੰ ਕ੍ਰੋਸ ਐਗਜ਼ਾਮਨ ਕਰਨਾ ਬੜਾ ਜ਼ਰੂਰੀ ਸੀ, ਜਿਹੜਾ ਕਿ ਨਹੀਂ ਹੋਇਆ। ਉਹ ਤਾਂ ਵਾਰ-ਵਾਰ ਕਹਿੰਦੇ ਸੀ ਕਾਂਗਰਸ ਕਮਿਸ਼ਨ ਅੱਜ ਜੋ ਵੀ ਹੈ, ਪਰ ਕਮਿਸ਼ਨ ਕੋ ਪਾਵਰ, ਉਹ ਜੋ ਮਰਜ਼ੀ ਕਹਿਣ, ਕਮਿਸ਼ਨ ਕੋ ਪਾਵਰ ਹੈ, ਉਹਨਾਂ ਨੇ ਪਾਵਰ ਹੈਗੀ ਸੀ, ਕਮਿਸ਼ਨ ਨੇ ਪਾਵਰ ਦਾ ਇਸਤੇਮਾਲ ਨਹੀਂ ਕੀਤਾ। ਇਹ ਇੱਕ ਸੀਨੀਅਰ ਵਕੀਲ ਕਹਿ ਰਿਹਾ ਤੇ ਇੱਕ ਸੀਨੀਅਰ ਨੇਤਾ ਕੀ ਕਹਿ ਰਿਹਾ? ਦੇਖੋ, ਇਹਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪ ਵੀ ਕਿਹਾ, ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰੈਜੈਂਸ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪ੍ਰੈਜੈਂਸ ਜਿਹੜੀ ਆ ਉਹ ਐਨਫੋਰਸ ਕਰ ਸਕਦਾ ਸੀ, ਇਹ ਉਹਨਾਂ ਨੇ ਆਪ ਕਿਹਾ। ਤੇ ਜੈਸੇ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਕਿਨੇ ਫਿਰ ਸੁਣਤਾ ਰਹੋ, ਉਹਨਾਂ ਨੇ ਫਿਰ ਰਿਟਨ ਰਿਪਲਾਈ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ। ਦੂਜੀ ਗੱਲ ਜਿਹੜੀ ਅਹਿਮੀਅਤ ਦੀ ਗੱਲ ਹੈ, ਨਹੀਂ ਅਹਿਮੀਅਤ ਦਾ ਸਵਾਲ ਹਜੇ ਨਹੀਂ ਮੈਂ ਲੈ ਰਿਹਾ, ਮੈਂ ਸਵਾਲ ਬੜਾ ਸਿੰਪਲ ਲੈ ਰਿਹਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਰੋਕਿਆ ਕਿਵੇਂ? ਰੋਕਿਆ ਨਹੀਂ ਜਾਂਦਾ ਹੁੰਦਾ ਕਦੇ ਵੀ ਕਿਸੇ ਨੂੰ, ਕਮਿਸ਼ਨ ਆਪਦੇ ਉਹਦੀ ਜ਼ਰੂਰਤ ਸੀ ਕਿ ਨਹੀਂ ਸੀ, ਸੱਚਾਈ ਸਾਹਮਣੇ ਲਿਆਉਣ ਦੇ ਲਈ। ਸਵਾਲ ਇਹ, ਕਮਿਸ਼ਨ ਆਫ ਇਨਕੁਆਇਰੀ ਐਕਟ ਇਹ ਕਹਿੰਦਾ ਹੈ ਕਿ ਜਿਹੜਾ ਵੀ ਕਮਿਸ਼ਨ ਸੈਟਅਪ ਕੀਤਾ ਜਾਏਗਾ ਉਹ ਆਪਦੇ ਕਾਨੂੰਨ ਆਪ ਬਣਾਏਗਾ। ਮੈਨੂੰ ਇੱਕ ਸਵਾਲ ਹੈ ਹਰਜੀਤ ਸਿੰਘ ਨਿਗਰਾ, ਤੁਹਾਨੂੰ ਇਹ ਲੱਗਦਾ ਕਿ ਜਸਟਿਸ ਰਣਜੀਤ ਇਨਕੁਆਇਰੀ ਕਿਵੇਂ ਕਰਦੀ? ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਹ ਜਾਂ ਅਣਗਹਿਲੀ ਹੋ ਗਈ ਹੈ ਜਾਂ ਕੁਤਾਹੀ ਹੋ ਗਈ ਹੈ? ਇਹਦਾ ਜਵਾਬ ਸਿਰਫ ਜਸਟਿਸ ਰਣਜੀਤ ਸਿੰਘ ਹੀ ਦੇ ਸਕਦੇ ਨੇ, ਕਿਉਂਕਿ ਉਹਨਾਂ ਨੇ ਇਹ ਜਿਹਾ ਰੂਲ ਕਿਉਂ ਬਣਾਇਆ? ਕਿਉਂਕਿ ਕਮਿਸ਼ਨ ਆਪਦੇ ਰੂਲ ਆ। ਹਰਜੀਤ ਸਿੰਘ ਨਿਗਰਾ, ਤੁਹਾਡੇ ਤੋਂ ਸਵਾਲ ਇਸ ਕਰਕੇ ਬਣਦਾ ਕਿਉਂਕਿ ਤੁਹਾਡੀ ਸਰਕਾਰ ਇਹ ਕਹਿੰਦੀ ਹੈਗੀ ਹੈ ਕਿ ਅਸੀਂ ਇਨਸਾਫ ਦਵਾ ਕੇ ਰਵਾਂਗੇ। ਜੇ ਤੁਸੀਂ ਇੱਕ ਮਿੰਟ ਦਾ ਸਵਾਲ ਸੁਣੋ ਮੇਰਾ, ਜੇ ਤੁਸੀਂ ਇਨਸਾਫ ਦਵਾਉਣਾ ਹੈਗਾ ਤੇ ਫਿਰ ਤੁਸੀਂ ਇਹ ਮੰਗ ਵੀ ਚੁੱਕੋ ਨਾ, ਤੁਸੀਂ ਕਰ ਲਓ ਗੱਲ ਕਿ ਹਰ ਕੰਮ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਵਿਰੋਧੀ ਚੱਕਣ। ਤੁਹਾਡੇ ਸਾਹਮਣੇ ਜਿਹੜਾ ਉਹ ਇਨਸਾਫ ਮਿਲੇਗਾ, ਰਿਪੋਰਟ ਨੂੰ ਇੱਕ ਵਾਰੀ ਪੂਰੀ ਤਰ੍ਹਾਂ ਜਿਹੜੀ ਆ ਜਾਣ ਦਿਓ, ਪਬਲਿਕ ਡੋਮੇਨ 'ਚ ਟੇਬਲ ਹੋ ਜਾਣ ਦਿਓ। ਹਜੇ ਕਸਰ ਹੈ, ਤੁਹਾਨੂੰ ਦੱਸਦਾ ਕਿੰਦਰ ਸਾਹਿਬ, ਹਜੇ ਕਸਰ ਹੈ ਹੋਈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਧਿਆਨ ਨਾਲ ਸੁਣ ਲਈ ਹੈ। ਇਹ ਜਸਟਿਸ ਹਰ ਇੱਕ ਦੇ ਮੋਬਾਈਲ ਦੇ ਵਿੱਚ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਿੱਖ ਇਤਿਹਾਸ ਦਾ ਹਿੱਸਾ ਹੈ। ਐਸਆਈਟੀ ਅਕਾਲੀ ਦਲ ਨੇ ਬਣਾਈ ਸੀ, ਮੈਂ ਦਾਤ ਦਿੰਦਾ ਰਣਵੀਰ ਸਿੰਘ ਖੱਟਰਾ ਦੀ ਕਿ ਉਹ ਉਹਨਾਂ ਦੇ ਬੇਟੇ ਅਕਾਲੀ ਦਲ ਦੀ ਟਿਕਟ ਤੋਂ ਇਲੈਕਸ਼ਨ ਲੜੇ ਆ ਪਟਿਆਲੇ ਤੋਂ। ਉਹਨਾਂ ਨੇ ਜੋ ਸਾਚੇ ਦੇ ਵਿੱਚ ਲਿਖਿਆ ਕਮਿਸ਼ਨ ਦੇ ਸਾਹਮਣੇ ਉਹ ਇੱਕ ਕਾਬਲੇ ਤਾਰੀਫ ਹੈ ਕਿ ਪੁਲਿਸ ਅਫਸਰ ਦੀ ਡੇਅਰਿੰਗ ਉਹਨਾਂ ਨੇ ਜਿਹੜੇ ਆ ਗੱਲ ਕੀਤੀ, ਇਹ ਇਹ ਸਿੱਖ ਇਤਿਹਾਸ ਦਾ ਹਿੱਸਾ ਬਣ ਜਾਣਾ। ਅਕਾਲੀ ਦਲ ਪੂਰਾ ਇਹਦੇ 'ਚ ਨੰਗਾ ਹੋ ਰਿਹਾ ਇਸ ਰਿਪੋਰਟ ਦੇ ਵਿੱਚ, ਅਕਾਲੀ ਦਲ ਪੂਰਾ ਨੰਗਾ ਹੋ ਜਾਵੇ। ਅਕਾਲੀ ਦਲ ਬਿਲਕੁਲ ਨੰਗਾ ਨਹੀਂ, ਔਰ ਨਾ ਹੀ ਇਹਨੇ ਕੋਈ ਰੰਗ ਪੁਣੇ ਵਾਲਾ ਕੰਮ ਕੀਤਾ। ਤੁਸੀਂ ਪਹਿਲਾਂ ਮੈਨੂੰ ਬਰਗਾੜੀ ਹੁਣ ਵੀ ਇਹ ਮੋਰਚਾ ਲਾਈ ਰੱਖਿਆ, ਉਹਨਾਂ ਨੂੰ ਕੀ ਇਹ ਸੀਗਾ ਖਾਲਸਾ ਵੀ ਸਾਨੂੰ ਹਲੇ ਵੀ ਨਿਆਂ ਨਹੀਂ ਮਿਲੂਗਾ? ਔਰ ਕੰਗਰਾ ਸਾਹਿਬ ਆਪਦੇ ਮੂੰਹਾਂ ਮੰਨ ਚੁੱਕੇ, ਇਹ ਪਹਿਲਾਂ ਵੀ ਟਿਕਟ ਦੇ ਚਾਹਵਾਨ ਵੀ ਰਹੇ, ਹੁਣ ਕਹਿੰਦੇ ਮੇਰੇ ਤੋਂ ਮੌਕਾ ਲੱਗਿਆ ਮੈਂ ਤਾਂ ਐਸਜੀਪੀਸੀ ਦਾ ਇਲੈਕਸ਼ਨ ਵੀ ਲੜੂੰਗਾ। ਹੁਣ ਤੁਸੀਂ ਮੈਨੂੰ ਇਹ ਦੱਸੋ, ਪਾਰਟੀ ਦੀ ਗੱਲ ਕਰ ਰਹੇ ਆਪਾਂ, ਗੱਲਾਂ ਨੂੰ ਉਲਝਾ ਕੇ ਰਹੇ ਦਰਬਾਰ ਸਿੰਘ, ਆਪਾਂ ਨਿੱਜੀ ਹਮਲੇ ਤੋਂ ਕਰੀ ਜਾਂਦੇ ਹਾਂ। ਮੈਂ ਸਿੱਧਾ ਸਵਾਲ ਆ ਤੁਹਾਨੂੰ, ਇਹ ਕਹਿ ਰਹੇ ਆ ਕਿ ਅਕਾਲੀ ਦਲ ਦੀ ਕੋਲ ਕੋਲ ਜੀ ਰਿਪੋਰਟ ਪੇਸ਼ ਹੋਵੇਗੀ? ਬਿਲਕੁਲ, ਅਕਾਲੀ ਦਲ ਕਸੂਰਵਾਰ ਹੀ ਨਹੀਂ ਹੈ ਇਹਦੇ ਵਿੱਚ, ਪਤਾ ਲੱਗ ਜੇਗਾ ਤਾਂ ਬਾੜੇ ਸਾਹਿਬ, ਬਾੜੇ ਸਾਹਿਬ ਵੀ ਕਸੂਰਵਾਰ, ਬਾੜੇ ਸਾਹਿਬ ਮੈਂ ਆਖਰੀ ਕਾਇਸ ਜਾਣੇ ਬਾਦ ਬਿਆਨ ਕੋ ਬੜੇ ਪੱਟੇ, ਬਾੜੇ ਸਾਹਿਬ ਕਸੂਰਵਾਰ ਹੈ ਕੋਣ ਆ ਫਿਰ? ਮੈਂ ਅੱਲਾ ਦਾ ਆਪਾਂ ਕਸੂਰਵਾਰ ਇੱਥੇ ਬੈਠੇ। ਦੇਖੋ ਗੱਲ ਇਹ ਹੈ, ਜਿੰਨੀ ਦੇ ਉੱਥੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਮਿਸ਼ਨ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਸੀ, ਦੋਨੋਂ ਪਾਸੇ ਹੈ, ਅਗਰ ਉਹ ਸਾਫ਼ ਨੇ ਫਿਰ ਆ ਕੇ ਇੱਥੇ ਪੇਸ਼ ਹੋ ਕੇ ਆਪਣੀ ਸਫਾਈ ਕਿਉਂ ਨਹੀਂ? ਬਿਲਕੁਲ ਠੀਕ ਹੈ। ਅਤੇ ਇਹ ਤਾਂ ਗੱਲ ਨਾ ਆਉਣਾ, ਕਚਹਿਰੀ ਦੇ ਸਾਹਮਣੇ ਨਾ ਆਉਣਾ, ਇਹਦੇ ਨਾਲ ਹੀ ਸਵਾਲੀਆ ਫਿਕਰਾਂ ਲੱਗ ਜਾਂਦਾ, ਇਹ ਸਾਈਨ ਲੱਗ ਜਾਂਦਾ ਕਿਉਂ ਨਹੀਂ ਆਏ? ਜੇ ਮੇਰਾ ਮਨ ਸਾਫ਼ ਹੈ ਮੈਨੂੰ ਉੱਥੇ ਜਾਣ 'ਚ ਕੀ ਤਰੀਕ, ਮੈਨੂੰ ਕੀ ਕਹਿ ਦੇਣਗੇ ਉਹ? ਦੂਸਰਾ ਜਿਹੜਾ ਸਵਾਲ ਪੈਦਾ ਹੁੰਦਾ ਹੈ ਵੀ ਇੱਥੇ ਉੱਥੇ ਆਹ ਕੀਤਾ ਹੈਗਾ, ਤਾਂ ਹੁਣ ਬਰਗਾੜੀ ਕਾਂਡ ਜਿਹੜੀਆਂ ਚੱਲਿਆ, ਮੈਂ ਉਦੋਂ ਟੀ ਵੀ 'ਤੇ ਕਿਹਾ ਸੀ, ਉਹ ਮੈਂ ਤੁਹਾਨੂੰ ਦੁਹਰਾ ਦਿੰਦਾ, ਉੱਥੇ ਦੋ ਗੋਲੀਆਂ ਚੱਲੀਆਂ, ਦੋ ਦੇ ਲੱਗੀਆਂ। ਮੈਂ ਉਦੋਂ ਟੀ ਵੀ 'ਤੇ ਕਿਹਾ ਸੀਗਾ ਵੀ ਜਿਹੜੇ ਸਿਪਾਹੀਆਂ ਨੂੰ
ਠੀਕ ਹੈ। ਇਹ ਮੈਂ ਉੱਥੇ ਇਹ ਵੀ ਕੋਟ ਕੀਤਾ ਸੀਗਾ ਕਿ ਜਨਰਲ ਡਾਇਰ ਨੇ ਕਿਹਾ ਸੀਗਾ ਕਿ ਹਾਂ ਮੈਂ ਜਲਿਆਂਵਾਲਾ 1650 ਗੋਲੀਆਂ ਚਲਾਈਆਂ, ਇਹ ਉਸ ਵੇਲੇ ਕਿਉਂ ਨਹੀਂ ਐਕਟ ਕੀਤਾ। ਔਰ ਗੋਲੀ ਜਿਹੜੀ ਪੁਲਿਸ ਦੀ ਹੈ ਉਹ ਮਾਰਨ ਵਾਸਤੇ ਨਹੀਂ ਹੁੰਦੀ, ਡਿਸੇਬਲ ਕਰਨ ਵਾਸਤੇ ਹੁੰਦੀ ਹੈ, ਔਰ ਉਹਦੇ ਜੀ ਇੱਕ ਗੋਲੀ ਬੱਚੇ ਦੀ ਅੱਖ ਚ ਲੱਗਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਪਰ ਜਦੋਂ ਤੁਹਾਡਾ ਡੀ ਜੀ ਪੀ ਹੀ ਆਪ ਹੀ 3+22 ਇੰਨੇ ਮਰਡਰ ਕੇਸ ਨੇ ਉਹਦੇ 'ਤੇ, ਅਤੇ ਉਹ ਤੁਹਾਡਾ ਪੁਲਿਸ ਚੀਫ ਹੈ, ਅਤੇ ਫਿਰ ਬਾਕੀ ਤੁਹਾਨੂੰ ਤਾਂ ਇਨਸਾਫ ਕਿੱਧਰ ਪਾਵੋਗੇ। ਹੁਣ ਉਮੀਦ ਜਾਗਦੀ ਹੈ ਕੋਈ ਉਮੀਦ ਜਾਗਦੀ ਹੈ? ਅੱਛਾ, ਦੂਜਾ ਹੁਣ ਜਿਹੜਾ ਮੈਂ ਕਹਿ ਰਿਹਾ ਸੀਗਾ ਜਿਹੜਾ ਉਹਨਾਂ ਦਾ ਵੀ ਜੋ ਹੁਣ ਦਾ ਉਹ ਇਹ ਹੈ ਕਿ ਜਿਹੜਾ ਦਮਦਮੀ ਟਕਸਾਲ ਤੁਹਾਡੇ ਅਕਾਲ ਤਖ਼ਤ 'ਤੇ ਆ ਕੇ ਬੈਠ ਗਈ, ਰਣਜੀਤ ਸਿੰਘ ਨਾਲ ਉਹਨਾਂ ਦਾ ਖੂਨ ਖਰਾਬੇ ਦਾ ਕੇਸ ਚੱਲਦਾ, ਕੱਲ੍ਹ ਨੂੰ ਉੱਥੇ ਲੜਾਈ ਹੋਏਗੀ, ਕੌਣ ਜ਼ਿੰਮੇਵਾਰ ਹੋਏਗਾ, ਬਦਨਾਮ ਅਕਾਲ ਤਖ਼ਤ ਹੋਏਗਾ, ਬਦਨਾਮ ਐਸ ਜੀ ਪੀ ਸੀ ਹੋਏਗੀ, ਉੱਥੋਂ ਦੀ ਜਿਹੜੀ ਇਹਨਾਂ ਨੇ ਐਸ ਜੀ ਪੀ ਸੀ ਨੇ ਆਪਣਾ ਜਿਹਨੂੰ ਕਹਿੰਦੇ ਨੇ ਦੇ ਹੈਵ ਐਬਡੀਕੇਟਡ ਦੇਅਰ ਰਾਈਟ, ਉੱਥੇ ਜਿਹੜੀ ਗੈਲਰੀ ਕਮਿਸ਼ਨ ਬਣੀ ਹੈ ਉਹਦੀ ਇਨੋਗਰੇਸ਼ਨ ਹਰਨਾਮ ਸਿੰਘ ਧੂਵੇ ਨੇ ਕੀਤੀ ਹੈ, ਉੱਧਰ ਰਣਜੀਤ ਸਿੰਘ ਨਾਲ ਇਹਨਾਂ ਦੀ ਗੋਲਾਬਾਰੀ ਚੱਲਦੀ ਹੋਈ ਹੈ, ਅਤੇ ਇਹ ਇੱਕ ਬਣ ਜਾਏਗਾ। ਇਹ ਜਿਹੜੇ ਡੇਰੇ ਨੇ ਪ੍ਰਵਾਨਿਤ ਨੇ, ਇਹ ਪੰਥ ਦਾ ਹਿੱਸਾ ਨੇ, ਲੇਕਿਨ ਪੰਥ ਨਹੀਂ। ਅਕਾਲੀ ਤਖ਼ਤ ਜਿਹੜਾ ਤੁਹਾਡਾ ਹੈਗਾ ਐਸ ਜੀ ਪੀ ਸੀ, ਇਹ ਸਾਰਿਆਂ ਤੋਂ ਉੱਪਰ ਹੈ, ਉਸ ਨੂੰ ਗਰਗ ਹੈਗਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੁਰਬਾਨੀਆਂ ਲੈ ਕੇ ਦੇ ਕੇ ਬਣਾਇਆ, ਅਤੇ ਮੁੜ ਅਸੀਂ ਸੱਤਾ ਅਨੁਸਾਰ ਦੱਸਣ ਵਾਲੇ ਹੋਰ ਹੈ ਤੇ ਨਿਆਂ ਕਰਨ ਵਾਲੇ।